ਧੰਨ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਸੂਹੀ ਮਹਿਲਾ ਚੌਥਾ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨ ਹੋਈ। ਅੰਨ ਦਿਨ ਕਰਮ ਕਰੈ ਬਹੁ ਤੇਰੈ, ਸੁਪਨੈ ਸੁਖ ਨ ਹੋਈ। ਗਿਆਨੀ ਗੁਰ ਬਿਨ ਭਗਤ ਨ ਹੋਈ, ਕੋਰੈ ਰੰਗ ਕਦੈ ਨਾ ਚੜੈ, ਜੇ ਲੋਚੈ ਸਭ ਕੋਈ। ਗਿਆਨੀ ਗੁਰ ਬਿਨ ਭਗਤ ਨ ਹੋਈ, ਕੋਰੈ ਰੰਗ ਕਦੈ ਨਾ ਚੜੈ, ਜੇ ਲੋਚੈ ਸਭ ਕੋਈ। ਰਹਾਉ ਜਪ ਤਪ ਸੰਜਮ, ਵਰਤ ਕਰੈ ਪੂਜਾ, ਮਨ ਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾ ਅਭਿਮਾਨਾ, ਦੂਜੈ ਭਾਏ ਖੁਆਈ। ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦੈ ਦਿਸ਼ਥਾਵੈ, ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਫਿਰ ਜੂਨੀ ਆਵੈ। ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਗੁਰ ਪ੍ਰਸਾਦੀ ਏਕੋ ਬੂਝੈ, ਏਕ ਸਮਾਹੇ ਸਮਾਏ। ਗੁਰ ਪ੍ਰਸਾਦੀ ਏਕੋ ਬੂਝੈ, ਏਕ ਸਮਾਹੇ ਸਮਾਏ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪ ਜੀ ਨੇ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਗੁਰੂ ਪਿਆਰ ਵਾਲਿਆਂ ਪਾਸੋਂ ਸਰਵਣ ਕੀਤਾ ਹੈ। ਆਓ ਉਸ ਤੋਂ ਉਪਰੰਤ ਗੁਰੂ ਰਾਮਦਾਸ ਪਿਤਾ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਆਪਾਂ ਹੁਣੇ ਪਾਠ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਤਨੇ ਵੀ ਗੁਰੂ ਪਿਆਰੇ ਗੁਰਦੇਵ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਹਾਂ, ਇੱਕ ਵਾਰ ਮਨੋਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੁਰੂ ਰਾਮਦਾਸ ਪਿਤਾ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਸੂਹੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 732 ਉੱਪਰ ਸੁਭਾਏਮਾਨ ਹੈ।
ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ, ਉਸਦੇ ਮਿਲਾਪ ਨੂੰ ਹਾਸਲ ਕਰਨ ਵਾਸਤੇ ਗੁਰੂ ਦੀ ਅਤੀ ਲੋੜ ਹੈ। ਗੁਰੂ ਤੋਂ ਬਿਨਾਂ ਉਸ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਪਰ ਨਾਲ ਸਾਡਾ ਇਹ ਵੀ ਧਿਆਨ ਦਿਵਾਇਆ ਹੈ ਕਿ ਜਿਹੜੇ ਵਿਅਕਤੀ ਗੁਰੂ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਹਾਸਲ ਕਰਨਾ ਚਾਹੁੰਦੇ ਨੇ ਅਤੇ ਕਿਹੜੇ ਕਿਹੜੇ ਕਰਮ ਕਰ ਰਹੇ ਨੇ, ਜਿਹੜੇ ਉਹ ਕਰਮ ਕਰ ਰਹੇ ਨੇ ਕੀ ਉਹਨਾਂ ਦੇ ਕਰਮ ਥਾਂ ਵੀ ਪੈ ਰਹੇ ਨੇ ਕਿ ਜੀਵਨ ਵਿਅਰਥ ਜਾ ਰਿਹਾ, ਇਹ ਵੀ ਧਿਆਨ ਦਿਵਾਇਆ। ਨਾਲ ਇਹ ਵੀ ਕਿਹਾ ਹੈ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਉਹਦੀ ਇਬਾਦਤ ਉਹਦੀ ਬੰਦਗੀ ਨਹੀਂ ਹੋ ਸਕਦੀ। ਅਤੇ ਨਾਲ ਇਹ ਧਿਆਨ ਦਿਵਾਇਆ ਕਿ ਜਿਹੜੇ ਗੁਰੂ ਤੋਂ ਬਿਨਾਂ ਆਪਣੇ ਵੱਲੋਂ ਪਰਮਾਤਮਾ ਦੀ ਬੰਦਗੀ ਕਰ ਰਹੇ ਨੇ, ਅਸਲ ਵਿੱਚ ਉਹ ਬੰਦਗੀ ਨਹੀਂ, ਉਹ ਆਪਣਾ ਸਮਾਂ ਵੇਸਟ ਗਵਾ ਰਹੇ ਨੇ, ਵਿਅਰਥ ਗਵਾ ਰਹੇ ਨੇ। ਇਸ ਪਾਵਨ ਸ਼ਬਦ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗੁਰਦੇਵ ਜੀ ਨੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦੋ ਕੁ ਸੰਸਾਰ ਦੀਆਂ ਉਦਾਹਰਨਾਂ ਦੇਣੀਆਂ ਚਾਹਾਂਗਾ ਤਾਂ ਕਿ ਸ਼ਬਦ ਦੀ ਵਿਚਾਰ ਸੁਖੈਨ ਸਮਝ ਆ ਸਕੇ। ਮਾਂ ਪ੍ਰਿੰਸੀਪਲ ਹੋਵੇ, ਪਿਤਾ ਪ੍ਰਿੰਸੀਪਲ ਹੋਵੇ, ਫਿਰ ਵੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਐਡਮਿਸ਼ਨ ਦਿਵਾਉਣੀ ਪੈਂਦੀ ਹੈ। ਉਹ ਘਰ ਟਿਊਸ਼ਨ 'ਤੇ ਪੜ੍ਹਾ ਸਕਦੇ ਨੇ, ਪਰ ਜਿਹੜੀ ਮਾਨਤਾ ਹੈ, ਜਿਹੜਾ ਸਰਟੀਫਿਕੇਟ ਹੈ, ਉਹ ਸਕੂਲ ਦੇ ਵਿੱਚ ਐਡਮਿਸ਼ਨ ਲਿਆ ਹੀ ਮਿਲਣਾ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਮਾਂ ਪ੍ਰਿੰਸੀਪਲ ਹੋਵੇ, ਮਾਂ ਪ੍ਰੋਫੈਸਰ ਹੋਵੇ, ਪਿਤਾ ਪ੍ਰੋਫੈਸਰ ਹੋਵੇ, ਪਿਤਾ ਪ੍ਰਿੰਸੀਪਲ ਹੋਵੇ, ਉਹ ਸਕੂਲ ਦੀ ਪੜ੍ਹਾਈ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਨੇ। ਐਸਾ ਤਾਂ ਕਦੀ ਵੀ ਨਹੀਂ ਹੋਏਗਾ ਕਿ ਮਾਂ ਬਾਪ ਕਹਿਣਾ ਸਾਨੂੰ ਆਪਣੇ ਬੱਚੇ ਨੂੰ ਸਕੂਲ ਭੇਜਣ ਦੀ ਲੋੜ ਨਹੀਂ, ਅਸੀਂ 2:30-3 ਵਜੇ ਘਰ ਆ ਜਾਂਦੇ ਹਾਂ, ਅਸੀਂ ਘਰੇ ਪੜ੍ਹਾ ਸਕਦੇ ਹਾਂ। ਜੋ ਡਿਸਿਪਲਿਨ ਬੱਚੇ ਨੇ ਸਕੂਲ ਵਿੱਚ ਜਾ ਕੇ ਸਿੱਖਣਾ, ਉਹ ਕਈ ਵਾਰੀ ਘਰ ਬੈਠਿਆਂ ਨਹੀਂ ਸਿੱਖ ਸਕਦਾ। ਸੰਸਾਰ ਦਾ ਕੋਈ ਵੀ ਕੰਮ ਹੈ, ਉਸ ਕੰਮ ਦੀ ਮੁਹਾਰਤ ਰੱਖਣ ਵਾਲੇ ਨੂੰ ਉਸਤਾਦ ਧਾਰਨ ਕਰਨਾ ਪੈਂਦਾ ਹੈ। ਚਾਹੇ ਕਿਸੇ ਨੇ ਗੱਡੀ ਚਲਾਉਣੀ ਕਿਉਂ ਨਾ ਸਿੱਖਣੀ ਹੋਵੇ, ਈਵਨ ਆ ਹਰਮੋਨੀਆ ਸਿੱਖਣਾ ਹੋਵੇ, ਕੀਰਤਨ ਕਰਨਾ ਸਿੱਖਣਾ ਹੋਵੇ, ਤਾਂ ਵੀ ਉਸਤਾਦ ਧਾਰਨ ਕਰਨਾ ਪੈਂਦਾ। ਉਹ ਦੱਸਦਾ ਹੈ ਸਰਗਮਾ, ਉਹ ਲਿਖ ਕੇ ਦਿੰਦਾ ਕਾਪੀ 'ਤੇ, ਇਹਦਾ ਰਿਆਜ਼ ਕਰ, ਤਾਂ ਜਾ ਕੇ ਕੀਰਤਨ ਸਿੱਖ ਪਾਏਗਾ। ਜੇ ਸੰਸਾਰ ਦੇ ਨਿੱਕੇ ਤੋਂ ਨਿੱਕੇ ਕੰਮ ਦੇ ਵਿੱਚ ਉਸਤਾਦ ਧਾਰਨ ਕਰਨ ਦੀ ਲੋੜ ਹੈ। ਗੁਰਦੇਵ ਜੀ ਕਹਿੰਦੇ ਰੱਬ ਪਾਉਣ ਲਈ, ਸੱਚ ਪਾਉਣ ਲਈ, ਪਰਮਾਤਮਾ ਪਾਉਣ ਲਈ ਵੀ ਤੈਨੂੰ ਗੁਰੂ ਦੀ ਲੋੜ ਹੈ, ਉਸਤਾਦ ਦੀ ਲੋੜ ਹੈ। ਅਤੇ ਗੁਰਦੇਵ ਜੀ ਨੇ ਰਹਾਓ ਦੇ ਬੰਦ ਵਿੱਚ ਵਿਚਾਰ ਬਖਸ਼ਿਸ਼ ਕੀਤੀ ਹੈ, ਗਿਆਨੀ ਗੁਰ ਬਿਨ ਭਗਤ ਨਾ ਹੋਈ। ਹੇ ਗਿਆਨਵਾਨ ਮਨੁੱਖ, ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਗਿਆਨੀ ਗੁਰ ਬਿਨ ਭਗਤ ਨਾ ਹੋਈ। ਹੇ ਗਿਆਨਵਾਨ ਮਨੁੱਖ, ਕਮਾਲ ਦੀ ਗੱਲ ਹੈ, ਕਿਸੇ ਅਗਿਆਨੀ ਨੂੰ ਸਤਿਗੁਰੂ ਕਹਿਣ, ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਗੱਲ ਫੱਬਦੀ ਹੈ। ਇੱਥੇ ਲਫਜ਼ ਵੀ ਨਾਲ ਗਿਆਨੀ ਵਰਤਿਆ ਮਹਾਰਾਜ ਨੇ, ਲਫਜ਼ ਅਗਿਆਨੀ ਵਰਤਦੇ, ਮਨ ਮਤੀਆ ਵਰਤਦੇ, ਛੇਤੀ ਸਮਝ ਵਿੱਚ ਆਉਣਾ ਸੀ ਲਫਜ਼ ਗਿਆਨੀ ਵਰਤਿਆ ਹੈ। ਅਤੇ ਸੰਸਾਰ ਦੇ ਅੰਦਰ ਤਾਂ ਗਿਆਨੀ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਪਾਠ ਪੂਜਾ ਕਰਦਾ ਹੋਵੇ, ਧਰਮੀ ਥੋੜ੍ਹਾ ਜਿਹਾ ਹੋਵੇ, ਅਸੀਂ ਕਹਿੰਦੇ ਗਿਆਨੀ ਜੀ ਆ ਗਏ ਨੇ। ਸਤਿਗੁਰੂ ਜੀ ਕਹਿੰਦੇ ਗਿਆਨੀ ਗੁਰ ਬਿਨ ਭਗਤ ਨਾ ਹੋਈ। ਦੋਵਾਂ 'ਚ ਫਰਕ ਹੈ। ਗਿਆਨੀ ਅਖਵਾਉਣਾ ਸੌਖਾ ਹੈ, ਗਿਆਨੀ ਬਣਨਾ ਅਖਵਾਉਣ ਨਾਲੋਂ ਥੋੜ੍ਹਾ ਜਿਹਾ ਕਠਿਨ ਹੈ। ਕਿਵੇਂ? ਕੋਈ ਮਨੁੱਖ ਵਰਦੀ ਪਾ ਲਿਆ, ਜਿਵੇਂ ਗੁਰੂ ਤੇਗ ਬਹਾਦਰ, ਅਸੀਂ ਸੰਸਾਰ 'ਤੇ ਸਾਧ ਕਿਹਨੂੰ ਕਹਿੰਦੇ ਹਾਂ? ਅਸੀਂ ਕਹਿੰਦੇ ਹਾਂ ਜੀ ਵੇਖੋ, ਜਿਹਨੇ ਮਨ ਨੂੰ ਸਾਧਿਆ ਹੋਵੇ ਨਾ, ਉਹ ਸਾਧ ਹੁੰਦਾ ਹੈ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਤਾਂ ਸਾਧ ਨੂੰ ਕਹਿ ਰਹੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਨਾਲੇ ਵੀ ਕਹਿਤਾ, ਸਾਧੋ ਮਨ ਕਾ ਮਾਨ ਤਿਆਗੋ, ਹੇ ਸਾਧੋ ਆਪਣੇ ਮਨ ਦਾ ਮਾਨ ਤਿਆਗੋ। ਮਹਾਰਾਜ, ਸਾਧ ਤਾਂ ਹੁੰਦਾ ਹੀ ਉਹ ਹੈ ਜਿਹੜੇ ਮਨ ਦਾ ਹੰਕਾਰ ਕੋਲ ਨਾ ਹੋਵੇ। ਤੁਸੀਂ ਕਹਿੰਦੇ ਹੋ ਸਾਧੋ ਮਨ ਕਾ ਮਾਨ ਤਿਆਗੋ, ਸਾਹਿਬ ਜੀ ਕਹਿੰਦੇ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਸਾਧ ਬਣੇ ਨਹੀਂ, ਕੇਵਲ ਸਾਧ ਅਖਵਾ ਰਹੇ ਨੇ। ਜਿਹੜੇ ਸਾਧ ਬਣੇ ਨਹੀਂ, ਸਾਧ ਅਖਵਾ ਰਹੇ ਨੇ, ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਸਾਧੋ ਮਨ ਕਾ ਮਾਨ ਤਿਆਗੋ। ਅਤੇ ਸੰਸਾਰ 'ਤੇ ਅਸੀਂ ਸਾਧ ਕਿਹਨੂੰ ਕਹਿੰਦੇ ਹਾਂ? ਵੇਖੋ ਜੀ, ਫਲਾਣਾ 'ਤੇ ਬੜਾ ਮਹਾਂਪੁਰਖ ਸਾਧ ਹੈ, ਉਹਨੇ ਆਪਣੇ ਆਪ ਨੂੰ ਸਾਧਿਆ ਹੋਇਆ,
ਅਤੇ ਗੁਰੂ ਪਾਤਸ਼ਾਹ ਜੀ ਤਾਂ ਸਾਧ ਨੂੰ ਹੀ ਕਹਿ ਰਹੇ ਨੇ ਆਪਣੇ ਮਨ ਦਾ ਹੰਕਾਰ ਛੱਡ। ਕਿਉਂ? ਕਿਉਂਕਿ ਮਹਾਰਾਜ ਨੂੰ ਪਤਾ ਹੈ ਇਹਨੇ ਸਾਧ ਅਖਵਾਇਆ ਹੈ, ਸਾਧ ਬਣਿਆ ਨਹੀਂ ਹੈ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਹੇ ਗਿਆਨਵਾਨ ਮਨੁੱਖ, ਆਪਣੇ ਆਪ ਨੂੰ ਗਿਆਨ ਦੀਆਂ ਸਿਖਰਾਂ 'ਤੇ ਪਹੁੰਚਾਉਣ ਵਾਲੇ ਮਨੁੱਖ, ਮਤਾ ਸੋਚੀ ਤੇਰੇ ਇਸ ਥੋਥੇ ਗਿਆਨ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੋ ਜਾਏਗੀ। ਉਹਦੇ ਵਾਸਤੇ ਤੈਨੂੰ ਗੁਰੂ ਧਾਰਨ ਕਰਨਾ ਪੈਣਾ ਹੈ। ਨੁਕਤਾ ਬੜਾ ਪਿਆਰਾ ਹੈ, ਗਿਆਨੀ ਗੁਰ ਬਿਨ, ਗੁਰੂ ਤੋਂ ਬਿਨਾਂ ਭਗਤ, ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਗੁਰਬਾਣੀ ਪੜ੍ਹਨ ਵਾਲੇ ਤੁਹਾਡੇ 'ਚੋਂ ਕਈ ਗੁਰੂ ਪਿਆਰੇ ਬੈਠੇ ਨੇ, ਭਗਤ ਦੇ ਤੱਤੇ ਨੂੰ ਸਿਹਾਰੀ ਆਏ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ। ਉਹਦਾ ਅਰਥ ਹੈ ਭਗਤੀ, ਉਹਦਾ ਅਰਥ ਹੈ ਸੱਚ ਨਾਲ ਜੁੜਨਾ, ਸੱਚ ਨੂੰ ਕਮਾਉਣਾ। ਜਿੱਥੇ ਭਗਤ ਦੇ ਤੱਤੇ ਨੂੰ ਔਂਕੜ ਆ ਜਾਏ, ਇੱਕ ਵਚਨ ਭਗਤ ਦੀ ਗੱਲ ਹੈ, ਜਿੱਥੇ ਤੱਤਾ ਮੁਕਤਾ ਆ ਜਾਏ ਉੱਥੇ ਬਹੁਤੇ ਭਗਤਾਂ ਦੀ ਗੱਲ ਹੈ। ਜਦੋਂ ਨਿੱਕੇ ਲਫਜ਼ ਅਸੀਂ ਭਗਤ ਹੀ ਵਰਤਾਂਗੇ, ਜਿੱਥੇ ਤੱਤੇ ਨੂੰ ਸਿਹਾਰੀ ਹੈ ਉਹਨੂੰ ਭਗਤੇ ਨਹੀਂ ਬੋਲਾਂਗੇ, ਜਿੱਥੇ ਤੱਤੇ ਨੂੰ ਔਂਕੜਿਆ ਉੱਥੇ ਭਗਤੋ ਨਹੀਂ ਬੋਲਾਂਗੇ, ਜਿੱਥੇ ਤੱਤਾ ਮੁਕਤਾ ਹੈ ਉੱਥੇ ਭਗਤ ਇਕੱਲਾ। ਕਹਿਣ ਦਾ ਭਾਵ ਕਿ ਇਹ ਲਫਜ਼ ਤਿੰਨੇ ਥਾਵਾਂ 'ਤੇ ਵਰਤੋਂ, ਜ਼ੁਬਾਨ ਨਾਲ ਬੋਲਿਆ ਭਗਤ ਹੀ ਜਾਏਗਾ, ਪਰ ਸਿਹਾਰੀ ਔਂਕੜ ਉਸਦੀ ਵਿਆਖਿਆ ਕਰੇਗਾ ਇਹ ਭਗਤ ਕਿਹਦੇ ਵਾਸਤੇ ਆਇਆ ਹੈ। ਜਿੱਥੇ ਇੱਕ ਵਚਨ ਉੱਥੇ ਤੱਤੇ ਨੂੰ ਔਂਕੜ ਲੱਗਾ ਹੋਏਗਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਸਿੱਖ ਨੇ ਸਤਿਗੁਰ ਦੀ ਬਾਣੀ ਪੜ੍ਹਦਿਆਂ ਧਿਆਨ ਦੇਣੀਆਂ ਸੀ। ਹੁਣ ਸਤਿਗੁਰ ਜੀ ਕਹਿੰਦੇ ਗਿਆਨੀ ਗੁਰਬਿਨ ਭਗਤ ਨਾ ਹੋਈ, ਨਾਲ ਉਦਾਹਰਨ ਦਿੱਤੀ ਹੈ, ਕੋਰੇ ਰੰਗ ਕਦੇ ਨਾ ਚੜ੍ਹੇ, ਜੇ ਲੋਚੈ ਸਭ ਕੋਈ। ਗੁਰਦੇਵ ਜੀ ਕਹਿਣ ਲੱਗੇ ਕੋਰੇ ਕੱਪੜੇ 'ਤੇ ਕਦੀ ਰੰਗ ਨਹੀਂ ਚੜ੍ਹਦਾ। ਜਦੋਂ ਅਸੀਂ ਕੱਪੜੇ ਨੂੰ ਰੰਗ ਕਰਾਉਂਦੇ ਹਾਂ, ਚਾਹੇ ਉਹ ਚੁੰਨੀ ਹੋਵੇ, ਚਾਹੇ ਉਹ ਦੁਪੱਟਾ ਹੋਵੇ, ਚਾਹੇ ਉਹ ਦਸਤਾਰ ਹੋਵੇ, ਕਦੀ ਐਸਾ ਤਾਂ ਨਹੀਂ ਹੁੰਦਾ ਸਿੱਧਾ ਹੀ ਰੰਗ ਘੋਲੋ ਅਤੇ ਕੱਪੜੇ ਨੂੰ ਉਹਦੇ ਵਿੱਚ ਪਾ ਦਿਓ। ਉਹਨੂੰ ਪਾ ਲਾਉਣੀ ਪੈਂਦੀ ਹੈ, ਖੁੰਭ ਚਾੜਨਾ ਪੈਂਦਾ ਹੈ, ਫਿਰ ਜਾ ਕੇ ਉਹਨੂੰ ਰੰਗਿਆ ਜਾਂਦਾ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਮਨ ਰੰਗਣ ਦੀ ਵਾਰ ਵਾਰ ਗੱਲ ਕਹੀ ਹੈ। ਆਪਣੇ ਮਨ ਨੂੰ ਰੰਗ ਕਿਹਦੇ ਨਾਲ? ਸੱਚ ਨਾਲ। ਤੇਰਾ ਮਨ ਸੱਚ ਨਾਲ ਰੰਗਿਆ ਜਾਏ। ਵੈਸੇ ਰੰਗੇ ਹੋਏ ਸਾਡੇ ਸਾਰਿਆਂ ਦੇ ਮਨ ਨੇ, ਸਾਡੇ ਮਨ ਸਾਰਿਆਂ ਦੇ ਰੰਗੇ ਹੋਏ ਨੇ, ਕਾਇਆ ਰੰਗੀ ਹੋਈ ਹੈ, ਪਰ ਕਾਹਦੇ ਨਾਲ ਰੰਗੀ ਹੋਈ ਹੈ? ਸਤਿਗੁਰੂ ਜੀ ਧਿਆਨ ਦਿਵਾਉਂਦੇ ਨੇ ਕਾਹਦੇ ਨਾਲ ਰੰਗੀ ਹੋਈ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਰੰਗੇ ਹੋਏ ਨੇ ਸੱਚ ਨਾਲ, ਨਹੀਂ ਇਸ ਚੀਜ਼ ਨਾਲ ਰੰਗੇ ਹੋਏ ਨੇ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਲੋਭ ਨਾਲ ਰੰਗਿਆ ਹੋਇਆ ਹੈ ਅਤੇ ਮਾਇਆ ਦੀ ਪਾਹ ਲੱਗੀ ਹੋਈ ਹੈ। ਤੁਸੀਂ ਹਜ਼ਾਰ ਵਿਅਕਤੀ ਇਕੱਠਾ ਕਰੋ, ਪੁੱਛੋ ਭਾਈ ਜੀਵਨ 'ਚ ਲੋਭ ਹੈ? ਤੁਸੀਂ ਪਦਾਰਥਾਂ ਦੀ ਗੱਲ ਛੱਡੋ, ਮਨੁੱਖ ਖਾਣ 'ਤੇ ਵੀ ਲੋਭ ਕਰ ਲੈਂਦਾ ਹੈ। ਪਦਾਰਥ, ਮਾਇਕ ਪਦਾਰਥਾਂ ਦੀ ਗੱਲ ਤਾਂ ਬਹੁਤ ਗੱਲ ਗਾਂਹ ਦੀ ਹੈ, ਮਨੁੱਖ ਖਾਣ 'ਤੇ ਵੀ ਲੋਭ ਕਰ ਬੈਠਦਾ ਹੈ। ਆ ਕਦੀ ਵੇਖਣਾ, ਮਨੁੱਖ ਕਿਸੇ ਵਿਆਹ ਸ਼ਾਦੀ 'ਤੇ ਜਾਂਦਾ ਹੈ, ਸ਼ਗਨ ਪਾਉਂਦਾ ਹੈ, ਉੱਥੇ ਪੈਸੇ ਦਿੰਦਾ ਹੈ, ਉੱਥੇ ਵੀ ਲਾਲਚ। ਜਿਹੜਾ ਘਰ ਇੱਕ ਪ੍ਰਸ਼ਾਦਾ ਛਕਦਾ ਹੈ, ਦੋ ਛਕਦਾ ਹੈ, ਜਿਹੜਾ ਮਿੱਠੇ ਤੋਂ ਪਰਹੇਜ਼ ਕਰਦਾ ਹੈ, ਉੱਥੇ ਸਭ ਹੱਦ ਬੰਨੇ ਤੋੜ ਦਿੰਦਾ ਹੈ, ਸੀਮਾਵਾਂ ਤੋੜ ਦਿੰਦਾ ਹੈ। ਉੱਥੇ ਖਾਣ ਲੱਗਿਆ ਅਤੇ ਉਹ ਇੱਕ ਦਿਨ ਇੱਕ ਰਾਤ ਦਾ ਵੱਧ ਖਾਧਾ ਹੋਇਆ ਭੋਜਨ ਅਗਲੇ ਦਿਨ ਉਹਨੂੰ ਦੁਖੀ ਕਰਦਾ, ਡਾਕਟਰ ਕੋਲ ਪਹੁੰਚਾਉਂਦਾ ਉਹਨੂੰ। ਡਾਕਟਰ ਰਿਪੋਰਟਾਂ ਕਰਦਾ, ਤੇਰੀ ਰਾਤ ਦੀ ਸ਼ੂਗਰ ਵਧੀ ਹੋਈ ਹੈ, ਕਿੱਥੇ ਗਿਆ ਸੀ ਕੱਲ੍ਹ? ਉਹ ਕਹਿੰਦਾ ਜੀ ਫਲਾਣੇ ਰਿਸ਼ਤੇਦਾਰ ਦੇ ਬੇਟੇ ਦਾ ਵਿਆਹ ਸੀ, ਉੱਥੇ ਚਲਾ ਗਿਆ। ਖਾਣ ਲੱਗਿਆ ਵੇਖਿਆ ਨਹੀਂ, ਸਮਝ ਨਹੀਂ ਆਈ ਵੀ ਕੀ ਖਾਣਾ ਕੀ ਨਹੀਂ ਖਾਣਾ, ਲਾਲਚ ਕਰ ਬੈਠਾ ਜੀ। ਪਦਾਰਥਾਂ ਦੀ ਗੱਲ ਛੱਡੋ, ਦਾਜ, ਸੰਸਾਰ ਦੇ ਹੋਰ ਰਸਮੋ ਰਿਵਾਜ਼ਾਂ ਦੀ ਗੱਲ ਛੱਡੋ, ਰਿਸ਼ਵਤ ਦੀ ਗੱਲ ਛੱਡੋ, ਮਨੁੱਖ ਜ਼ੁਬਾਨ 'ਤੇ ਵੀ ਕੰਟਰੋਲ ਨਹੀਂ ਕਰ ਸਕਦਾ। ਉਹ ਬੜੀ ਪਿਆਰੀ ਗਾਥਾ ਆਉਂਦੀ ਹੈ ਨਾ, ਕੋਈ ਵਿਅਕਤੀ ਤੁਰਿਆ ਜਾ ਰਿਹਾ ਸੀ, ਹਲਵਾਈ ਦੀ ਦੁਕਾਨ ਲਾਗਿਓ ਦੀ ਲੰਘਿਆ, ਤੁਰਦਾ ਤੁਰਦਾ ਰੁਕ ਗਿਆ। ਹਲਵਾਈ ਨੇ ਵੇਖਿਆ, ਲੱਗਦਾ ਇਸਨੇ ਕੁਝ ਲੈਣਾ ਹੈ, ਆਵਾਜ਼ ਮਾਰੀ, ਕਹਿੰਦੇ ਕੀ ਗੱਲ ਹੈ? ਲੰਘਦਾ ਲੰਘਦਾ ਫਿਰ ਰੁਕ ਗਿਆ, ਕਹਿੰਦਾ ਤੂੰ ਗਰਮ ਗਰਮ ਜਲੇਬ ਕੱਢ ਰਿਹਾ, ਮੇਰਾ ਚਿੱਤ ਕਰਦਾ ਜਲੇਬ ਖਾਣ ਨੂੰ। ਕਹਿੰਦਾ ਲੈ ਜਾ, ਕਿੰਨੇ ਤੋਲਾਂ? ਕਹਿੰਦਾ ਪੈਸੇ ਹੈ ਨਹੀਂ। ਕਹਿੰਦਾ ਕੱਲ੍ਹ ਨੂੰ ਦੇ ਜਾਈਂ, ਦਸ ਕਿੰਨੇ ਦੇਵਾਂ? ਪਾਈਆ ਅੱਧਾ, ਪਾਈਆ ਅੱਧਾ ਕਿਲੋ, ਦਸ ਕਿੰਨੇ ਦੇਵਾਂ? ਹਲਵਾਈ ਦੀ ਦੁਕਾਨ ਵੱਲ ਨੂੰ ਵਾਧਾ ਹੋਇਆ, ਫਿਰ ਰੁਕ ਗਿਆ।
ਰੋਕੇ ਨਾ, ਫਿਰ ਵਾਪਸ ਮੁੜਿਆ ਲਏ ਨੇ। ਹਲਵਾਈ ਨੇ ਆਵਾਜ਼ ਮਾਰੀ, ਕਹਿੰਦੇ ਅਜੀਬ ਇਨਸਾਨ ਹੈ। ਮੈਂ ਕਿਹਾ ਲੈ ਜਾ, ਤੂੰ ਕਹਿੰਦਾ ਪੈਸੇ ਹੈ ਨਹੀਂ, ਕੱਲ੍ਹ ਨੂੰ ਦੇ ਦੀ। ਅੱਗਿਓਂ ਪਤਾ ਕੀ ਕਹਿੰਦਾ, ਕਹਿੰਦਾ ਮੈਂ ਸੋਚਿਆ ਤੁਹਾਡੇ ਨਾਲ ਜੋ ਉਧਾਰ ਕਰਨਾ ਮਨ ਨਾਲ ਹੀ ਉਧਾਰ ਕਰ ਲੈਂਦਾ, ਤੁਹਾਡੇ ਨਾਲ ਉਧਾਰ ਕਰਕੇ ਰਾਤ ਸੋਵਾਂਗਾ, ਸਾਰੀ ਰਾਤ ਚਿੰਤਾ ਰਹੇਗੀ ਹਲਵਾਈ ਦੇ ਪੈਸੇ ਦੇਣੇ ਨੇ, ਸੋਚਿਆ ਮਨ ਨਾਲ ਹੀ ਉਧਾਰ ਕਰ ਲਵਾਂ। ਪਾਗਾਂ ਵਾਲੇ, ਉਹ ਗੱਲ ਨਿੱਕੀ ਜੀ ਹੈ, ਸਾਨੂੰ ਆਪਣੇ ਮਨ ਨਾਲ ਵੀ ਉਧਾਰ ਕਰਨਾ ਨਹੀਂ ਆਉਂਦਾ। ਅਸੀਂ ਜੋ ਮਨ ਵਿੱਚ ਆਉਂਦਾ ਹੈ ਛੇਤੀ ਕਰਦੇ ਹਾਂ, ਜੋ ਗੁਰੂ ਦੀ ਮਤ ਕਹਿੰਦੀ ਹੈ, ਗੁਰੂ ਦਾ ਗਿਆਨ ਕਹਿੰਦਾ, ਉਹਨੂੰ ਕਰ ਲੱਗੇ ਹਾਂ ਬਹੁਤ ਸਮਾਂ ਲਾਉਂਦੇ ਹਾਂ, ਬਹੁਤ ਸਮਾਂ ਲਾ ਦਿੰਦੇ ਅਸੀਂ। ਜੋ ਗੁਰੂ ਦੀ ਵਿਚਾਰ ਕਹਿੰਦੀ ਹੈ, ਗੁਰੂ ਦਾ ਗਿਆਨ ਕਹਿੰਦਾ, ਮਨ ਸਾਡੇ ਰੰਗੇ ਹੋਏ ਨੇ, ਸਾਡੀ ਕਾਇਆ ਰੰਗੀ ਹੋਈ ਹੈ, ਪਰ ਕਾਹਦੇ ਨਾਲ? ਲੋਭ ਨਾ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ। ਹੁਣ ਜਿਹੜੇ ਕੰਤ ਨੇ ਪ੍ਰਵਾਨ ਕਰਨਾ, ਉਹਨੂੰ ਤਾਂ ਲੋਭ ਵਾਲਾ ਚੋਲਾ ਪ੍ਰਵਾਨ ਹੀ ਨਹੀਂ, ਪ੍ਰਵਾਨ ਤਾਂ ਉਹਨੂੰ ਹੀ ਹੋਣਾ ਨਾ, ਉਹਨੂੰ ਇਹ ਚੋਲਾ ਪ੍ਰਵਾਨ ਹੀ ਨਹੀਂ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਉਹ ਕਿਵੇਂ ਮੇਰੀ ਹਿਰਦੇ ਰੂਪੀ ਸੇਜਾ 'ਤੇ ਆਏਗਾ, ਉਹਨੂੰ ਤਾਂ ਲੋਭ ਰੂਪੀ ਚੋਲਾ ਪ੍ਰਵਾਨ ਹੀ ਨਹੀਂ, ਲੋਭੀ ਇਨਸਾਨ 'ਤੇ ਪ੍ਰਵਾਨ ਹੀ ਨਹੀਂ। ਇਸ ਕਰਕੇ ਗੁਰਦੇਵ ਜੀ ਕਹਿੰਦੇ, ਗੁਰੂ ਧਾਰਨ ਕਰ, ਤੇਰੀ ਜਿਹੜੀ ਆਤਮਾ, ਜਿਹੜਾ ਤੇਰਾ ਮਨ ਰੰਗਿਆ ਹੋਇਆ ਹੈ ਨਾ, ਬਸ ਰੰਗ ਤਬਦੀਲ ਕਰਨਾ ਸਤਿਗੁਰ ਨੇ, ਤੈਨੂੰ ਸੱਚ ਦੇ ਨਾਲ ਰੰਗਣਾ। ਇਹਦੇ ਵਾਸਤੇ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਹੁਣ ਸਵਾਲ ਪੈਦਾ ਹੋ ਗਿਆ, ਇਹਦਾ ਅਰਥ ਗੁਰੂ ਰੰਗੇਗਾ? ਅਤੇ ਹਰ ਮਨੁੱਖ ਇਹ ਸੋਚਦਾ ਵੀ ਗੁਰੂ ਧਾਰਨ ਕਰਨਾ ਜ਼ਰੂਰੀ ਹੈ, ਉਹਦੇ ਵਾਸਤੇ ਗੁਰੂ ਦੀ ਦੌੜ ਲੱਗ ਗਈ। ਕਿਸੇ ਨੇ ਸਰੀਰ ਨੂੰ ਲੱਭਿਆ, ਕੋਈ ਸਰੀਰ ਮਗਰ ਭੱਜਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸ਼ਬਦ ਦੀ ਵਿਚਾਰ ਨੂੰ ਗੁਰੂ ਦੇਵ ਜੀ ਨੇ ਪ੍ਰਚਾਰਿਆ, ਸ਼ਬਦ ਦੀ ਗੱਲ ਕੀਤੀ, ਗਿਆਨ ਦੀ ਗੱਲ ਕੀਤੀ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕੋ ਨਾਉ ਬਿਵੇਕੋ ਦੀ ਗੱਲ ਕੀਤੀ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮਾਂ ਅਨੇਕਾਂ। ਹਾਰ ਪਰੇ ਉਹ ਸੁਆਮੀ ਕੇ ਦੁਆਰੇ ਦੀਜੈ, ਬੁੱਧ ਬਿਵੇਕਾ ਦੀ ਗੱਲ ਕੀਤੀ। ਪਰ ਕਮਾਲ ਦੀ ਗੱਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਨ ਵਾਲਾ ਸਿੱਖ ਵੀ ਕਿਸੇ ਸਰੀਰ ਦੀ ਭਾਲ ਵਿੱਚ ਹੈ। ਕਦੀ ਵੇਖਣਾ, ਸਿੱਖਾਂ ਵਿੱਚ ਇਹ ਗੱਲ ਆਮ ਪ੍ਰਚਾਰੀ ਜਾਏਗੀ, ਆਮ ਸਾਡੇ ਭੋਲੇ ਬਾਣੀ ਨਹੀਂ ਨਾ ਪੜ੍ਹੀ। ਕਈ ਵਾਰੀ ਕਿਸੇ ਨੂੰ ਕਹਿਣਗੇ, ਤੁਸੀਂ ਸਾਡੇ ਘਰ ਚਰਨੀ ਪਾ ਜਾਓ ਜੀ, ਸਾਡਾ ਘਰ ਪਵਿੱਤਰ ਹੋ ਜਾਏਗਾ। ਭਲਿਆ ਚਰਨ ਪਾਉਣੇ ਨੇ ਅਤੇ ਸਤਿਗੁਰ ਦੇ ਪਵਾ, ਨਹੀਂ ਜੀ ਤੁਸੀਂ ਵੀ ਤਾਂ ਬਾਣੀ ਪੜ੍ਹਦੇ ਹੋ, ਤੁਹਾਡੇ ਵੀ ਤਾਂ ਗੁਰੂ 'ਚ ਕੋਈ ਫਰਕ ਹੈ? ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਇਨਸਾਨਾਂ ਨੂੰ ਰੱਬ ਬਣਾ ਤਰਿਆ। ਨਿੱਕੀਆਂ ਗੱਲ ਤਾਂ ਨਿੱਕੀ ਜੀ ਹੈ, ਜਦੋਂ ਮਨੁੱਖ ਇਹ ਸੋਚਦਾ, ਅੱਛਾ ਇਹਨਾਂ ਨੂੰ ਮੇਰੇ 'ਚੋਂ ਰੱਬ ਦਿਸਦਾ, ਇਹ ਕਹਿੰਦੇ ਮੇਰੇ ਚਰਨ ਪਿਆਂ ਘਰ ਸਵਰ ਜਾਏਗਾ। ਕਦੀ ਅੰਦਰ ਨੂੰ ਝਾਤ ਕੇ ਵੇਖੋ, ਅਸੀਂ ਗੁਰੂ ਦੇ ਚਰਨ ਘਰ ਪਵਾਉਣ ਦੀ ਬਜਾਏ, ਗੁਰੂ ਦੇ ਚਰਨ ਕੀ ਸੀ? ਜਨ ਕੇ ਚਰਨ ਵਸੈ ਮੇਰੇ ਹੀ ਅਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕੈ ਸੁਖ ਇਹੀ। ਗੁਰੂ ਦੇ ਚਰਨ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ। ਪਰ ਇਹ ਸਾਨੂੰ ਆਪਣੇ ਘਰ ਵਿੱਚ ਆਪਣੀ ਸੁਰਤ ਵਿੱਚ ਖਾਣ ਲੱਗੇ ਹਾਂ, ਔਖੇ ਲੱਗਦੇ ਨੇ। ਅਸੀਂ ਸੋਚਦੇ ਕਿਸੇ ਨੇ ਪਹਿਰਾਵਾ ਵਧੀਆ ਪਾਇਆ ਹੋਵੇ, ਜਿਹੜਾ ਅੱਖਾਂ ਮੂੰਦ ਕੇ ਬੈਠਾ ਹੋਵੇ, ਜਿਹੜੇ ਮਨੁੱਖ ਨੇ ਵਰਦੀ ਸੋਹਣੀ ਪਾਈ ਹੋਵੇ, ਉਹ ਵਿਅਕਤੀ ਸਾਡੇ ਘਰ ਇੱਕ ਵਾਰ ਚਰਨ ਪਾ ਜਾਏਗਾ, ਸਾਡੇ 'ਤੇ ਘਰ ਦੀਆਂ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਅਸੀਂ ਇੱਦਾਂ ਸੋਚਦੇ ਹਾਂ, ਅਸੀਂ ਸੁਰਤ ਵਿੱਚ ਗੁਰੂ। ਪਾਗਾਂ ਵਾਲਿਓ, ਮਹਾਰਾਜ ਦਾ ਸਰੂਪ ਘਰ ਖਾਣਾ ਹੋਵੇ ਨਾ, ਮਨੁੱਖ ਆਪਣੇ ਘਰ ਦੀ ਸਫਾਈ ਕਰਦਾ। ਕਦੀ ਵੇਖਣਾ, ਕਮਰੇ ਸਾਫ਼ ਕੀਤੇ ਜਾਂਦੇ ਨੇ, ਪਰਫਿਊਮ ਲਾਏ ਜਾਂਦੇ ਨੇ, ਅਗਰਬੱਤੀਆਂ ਧੁਖਾਈਆਂ ਜਾਂਦੀਆਂ ਨੇ। ਅੱਜ ਮਹਾਰਾਜ ਦਾ ਸਰੂਪ ਸਾਡੇ ਘਰ ਆ ਰਿਹਾ, ਸਾਡੇ ਘਰ ਬਾਣੀ ਪੜ੍ਹੀ ਜਾਣੀ ਹੈ। ਕਮਾਲ ਦੀ ਗੱਲ, ਜਿਸ ਇੱਟਾਂ ਦੇ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਨਾ, ਉਹਦੀ ਤਾਂ ਸਫਾਈ ਕਰ ਲਈ। ਜਿਸ ਸੁਰਤ ਵਿੱਚ ਗੁਰੂ ਦੇ ਗਿਆਨ ਨੇ ਵਸਣਾ, ਉਹਦੀ ਸਫਾਈ ਕੌਣ ਕਰੇਗਾ? ਉੱਥੇ ਤਾਂ ਗੰਦਗੀ ਦੇ ਢੇਰ ਲੱਗੇ ਪਏ ਨੇ, ਉੱਥੇ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇੱਟਾਂ ਦੇ ਘਰ ਵਿੱਚ ਤਾਂ ਪਰਫਿਊਮ ਲਾ ਲਿਆ, ਅਗਰਬੱਤੀ ਲੈ ਆਉਂਦੀ, ਘਰ ਦਾ ਜਾਲਾ ਉਤਾਰ ਲਿਆ, ਚਾਦਰਾਂ ਧੋ ਲਈਆਂ, ਖਿੜਕੀਆਂ ਸਾਫ਼ ਕਰ ਲਈਆਂ, ਪਰਦੇ ਸਾਫ਼ ਕਰ ਲਏ ਕਿ ਮਹਾਰਾਜ ਦਾ ਸਰੂਪ ਘਰ ਆ ਰਿਹਾ। ਇੱਟਾਂ ਦਾ ਘਰ ਤਾਂ 2-3-4 ਘੰਟੇ ਲਾ ਕੇ ਸਾਫ਼ ਕਰ ਲਿਆ, ਮਹਾਰਾਜ ਦਾ ਸਰੂਪ ਆ ਰਿਹਾ। ਜਿਸ ਸੁਰਤ ਵਿੱਚ ਗੁਰੂ ਦੇ ਗਿਆਨ ਨੇ ਵਸਣਾ, ਉਸ ਸਰੀਰ ਰੂਪੀ ਘਰ ਨੂੰ ਕੌਣ ਸਾਫ਼ ਕਰੇਗਾ?
ਜਿੱਥੇ ਗੁਰੂ ਦੀ, ਪਰ ਖਿਆਲ ਹੀ ਨਹੀਂ ਸਾਡੇ ਤਾਂ ਮਨ 'ਚ, ਇਹ ਖਿਆਲ ਹੈ ਬਾਣੀ ਪੜ੍ਹੀ ਜਾਣੀ ਹੈ, ਸਾਡੀ ਇੱਕ ਇੱਕ ਇੱਟ ਵਿੱਚੋਂ ਇੱਕ ਇੱਕ ਦੀਵਾਰ ਦੇ ਵਿੱਚੋਂ ਪਰਮਾਤਮਾ ਦੀਆਂ ਸਿਫਤੋ ਸਲਾਹ ਹੋਣੀਆਂ ਨੇ, ਸਾਡਾ ਤਾਂ ਘਰ ਸਵਰਗ ਬਣ ਜਾਣਾ ਹੈ। ਭਲੇ ਉਹ ਸਰੀਰ ਨੇ ਸਵਰਗ ਬਣਨਾ ਸੀ, ਸੁਰਤ ਨੇ ਬੈਕੁੰਠ ਵਿੱਚ ਪਹੁੰਚਣਾ ਸੀ, ਸੁਰਤ ਨੇ ਸੱਚਖੰਡ ਵਾਸੀ ਹੋਣਾ ਸੀ, ਜਿਉਂਦਿਆਂ ਇਸ ਸੁਰਤ ਵਿੱਚ ਗੁਰੂ ਦਾ ਗਿਆਨ ਪ੍ਰਵੇਸ਼ ਕਰਨ ਹੀ ਨਹੀਂ ਦਿੱਤਾ, ਪਹੁੰਚੇ ਨਹੀਂ ਸਤਿਗੁਰ ਦੇ ਕੋਲ। ਹੁਣ ਖਿਆਲ ਦਿੱਤਾ ਹੈ ਗੁਰਬਿਨ ਭਗਤ ਨਾ ਹੋਈ, ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਫਿਰ ਗੁਰੂ ਕਿਹੜਾ ਹੋਵੇ, ਗੁਰੂ ਦੀ ਨਿਸ਼ਾਨੀ ਕੀ ਹੈ? ਅਤੇ ਗੁਰੂ ਦੀ ਨਿਸ਼ਾਨੀ ਵੀ ਦੱਸੀ ਮਹਾਰਾਜ ਨੇ, ਜਿਸ ਮਿਲੇ ਹੈ ਆਹ ਨਿਸ਼ਾਨੀ ਹੈ ਗੁਰੂ ਦੀ, ਆਹ ਨਿਸ਼ਾਨੀ ਹੈ, ਕਸਵੱਟੀ ਹੈ, ਜਿਸ ਮਿਲੇ ਹੈ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਏ। ਗੁਰੂ ਦੀ ਨਿਸ਼ਾਨੀ ਕੀ ਹੈ? ਜਿਹਨੂੰ ਮਿਲਿਆ ਆਨੰਦ ਆ ਜਾਏ ਜੀਵਨ 'ਚ, ਸੰਸਾਰ ਦੇ ਕਲੇਸ਼ ਮੁੱਕ ਜਾਣ, ਜ਼ਿੰਦਗੀ ਜਿਉਣ ਦਾ ਸੋਹਣਾ ਤਰੀਕਾ ਮਿਲੇ, ਖੇੜਾ ਮਿਲੇ, ਇੱਕ ਤਰੀਕੇ ਦੇ ਨਾਲ ਇੱਕ ਸਿਸਟਮ ਦੇ ਵਿੱਚ ਜ਼ਿੰਦਗੀ ਜਿਉਣੀ ਸ਼ੁਰੂ ਹੋ ਜਾਏ। ਗੁਰੂ ਦੀ ਪਹਿਲੀ ਨਿਸ਼ਾਨੀ ਮਨ ਕੀ ਦੁਬਦਾ, ਮਨ ਦੀ ਦੁਬਦਾ ਭੰਨ ਦੇਵੇ, ਮਨ ਕੀ ਦੁਬਦਾ ਬਿਨ ਸਜਾਏ, ਦੁਬਦਾ ਹੀ ਤਾਂ ਘਰ ਵਸਣ ਨਹੀਂ ਦਿੰਦੀ। ਪਾਗਾਂ ਵਾਲੇ ਹੋ, ਜੇ ਪਤੀ ਪਤਨੀ 'ਚ ਦੁਬਦਾ ਪੈ ਜਾਏ ਨਾ, ਅਤੇ ਜਿਹੜਾ ਘਰ ਇਹਨਾਂ ਖੁਸ਼ੀਆਂ ਖੇਡਿਆਂ 'ਚੋਂ ਲੰਘਦਾ, ਦੁਬਦਾ ਪੈ ਜਾਏ ਤਾਂ ਘਰ ਨਰਕ ਬਣ ਜਾਂਦਾ ਹੈ, ਰਸਾਤਲ ਬਣ ਜਾਂਦਾ। ਦੁਬਦਾ ਨਿੱਕੀ ਜੀ ਹੈ, ਪਤਨੀ ਨੂੰ ਪਤੀ ਪ੍ਰਤੀ ਦੁਬਦਾ ਪੈ ਜਾਏ ਅਤੇ ਪਤੀ ਨੂੰ ਪਤਨੀ ਪ੍ਰਤੀ ਦੁਬਦਾ ਪੈ ਜਾਏ। ਕਈ ਵਾਰੀ ਸਮਾਜ ਵਿੱਚ ਐਸੀਆਂ ਦੁਬਦਾਵਾਂ ਪਰਿਵਾਰਾਂ ਨੂੰ ਨਰਕਾਂ ਵਾਲਾ ਜੀਵਨ ਜਿਉਣ ਲਈ ਮਜਬੂਰ ਕਰ ਦਿੰਦੀਆਂ ਨੇ। ਪਤੀ ਮਿਹਨਤ ਨਾਲ ਕਮਾਈ ਕਰਦਾ ਹੈ, ਪਤੀ ਨੂੰ ਇਹ ਮਨ ਵਿੱਚ ਦੁਬਦਾ ਪੈ ਜਾਏ, ਵਹਿਮ ਬਹਿ ਜਾਏ, ਮੇਰੀ ਕਮਾਈ ਮੇਰੀ ਪਤਨੀ ਪੇਕੇ ਪਹੁੰਚਾਈ ਜਾਂਦੀ ਹੈ, ਅੰਦਾਜ਼ਾ ਲਗਾਓ ਉਸ ਘਰ ਦੀ ਹਾਲਤ ਕੀ ਹੋਏਗੀ, ਅੰਦਾਜ਼ਾ ਲਗਾ ਲਓ। ਪੁੱਛਣ ਦੀ ਬਜਾਏ ਉਹਨੇ ਆਪਣੀ ਪਤਨੀ ਨਾਲ ਵਿਚਾਰ ਨਹੀਂ ਕੀਤੀ, ਜਿਹੜੀਆਂ ਪੰਕਤੀਆਂ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਪਤੀ ਦੇ ਮਨ ਵਿੱਚ ਦੁਬਿਧਾ ਬਹਿ ਜਾਏ ਪਤਨੀ ਪ੍ਰਤੀ, ਮੇਰੀ ਪਤਨੀ ਮੇਰੇ ਪ੍ਰਤੀ ਵਫਾਦਾਰ ਨਹੀਂ ਹੈ, ਪਤਨੀ ਦੇ ਮਨ ਵਿੱਚ ਪਤੀ ਪ੍ਰਤੀ ਇਹ ਦੁਬਿਧਾ ਬਹਿ ਜਾਏ, ਮੇਰਾ ਪਤੀ ਮੇਰੇ ਪ੍ਰਤੀ ਇਮਾਨਦਾਰ ਨਹੀਂ ਹੈ, ਉਹਦਾ ਸੰਸਾਰ 'ਤੇ ਗਲਤ ਵਿਅਕਤੀਆਂ ਨਾਲ ਉੱਠਣਾ ਬੈਠਣਾ ਹੈ, ਨਜਾਇਜ਼ ਸੰਬੰਧ ਨੇ ਕਈਆਂ ਨੇ, ਅੰਦਾਜ਼ਾ ਲਗਾਓ ਉਸ ਘਰ ਦੀ ਹਾਲਤ ਕੀ ਹੋਏਗੀ। ਬੱਚਿਆਂ ਦੇ ਮਨ ਵਿੱਚ ਮਾਤਾ ਪਿਤਾ ਪ੍ਰਤੀ ਦੁਬਿਧਾ ਬਹਿ ਜਾਏ, ਮੇਰਾ ਪਿਤਾ ਮੇਰੇ ਲਈ ਸਹੀ ਨਹੀਂ ਸੋਚਦਾ, ਮੈਨੂੰ ਵਧੀਆ ਕੱਪੜੇ ਨਹੀਂ ਲੈ ਕੇ ਦਿੰਦਾ, ਜਿਵੇਂ ਦੂਜਿਆਂ ਦੇ ਪਿਤਾ ਵਧੀਆ ਹੋਸਟਲਾਂ 'ਚ ਪੜ੍ਹਾਉਂਦੇ ਨੇ, ਉਹਨਾਂ ਨੂੰ ਸੁੱਖ ਸਾਧਨ ਦਿੰਦੇ ਨੇ, ਮੇਰਾ ਪਿਤਾ ਇਸ ਤਰ੍ਹਾਂ ਨਹੀਂ ਦਿੰਦਾ। ਜੇ ਦੁਬਿਧਾ ਬਹਿ ਜਾਏ, ਅੰਦਾਜ਼ਾ ਲਗਾਓ ਉਸ ਘਰ ਦੀ ਜ਼ਿੰਦਗੀ ਜਿਉਣ ਦੀ ਜੁਗਤੀ ਕੈਸੀ ਹੋਏਗੀ। ਦੁਬਿਧਾ ਮਨੁੱਖ ਨੂੰ ਰਸਾਤਲ ਵੱਲ ਲੈ ਕੇ ਜਾਂਦੀ ਹੈ, ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਸਿਖਾਉਂਦੀ। ਅਤੇ ਦੁਬਿਧਾ ਦਾ ਹੱਲ ਕੀ ਹੈ? ਜਿਸ ਨਾਲ ਦੁਬਿਧਾ ਪੈ ਜਾਏ ਨਾ, ਉਹਦੇ ਨਾਲ ਬਹਿ ਕੇ ਵਿਚਾਰ ਕੀਤੀ ਜਾਏ। ਹਾਂ ਭਾਈ, ਤੁਸੀਂ ਵੇਖਿਆ ਪੁਰਾਣੇ ਸਮੇਂ 'ਚ ਸੱਤ ਸੱਤ ਭਰਾ, ਪੰਜ ਪੰਜ ਭਰਾ ਪੁੱਤ ਪੋਤਰੇ ਵਿਆਹ ਲੈਂਦੇ ਸਨ, ਇੱਕੇ ਮਕਾਨ ਦੀ ਛੱਤ ਥੱਲੇ ਇਕੱਠੇ ਰਹਿਣਾ, ਚਾਰ ਚਾਰ ਪੰਜ ਪੰਜ ਨੂੰਹਾਂ ਨੇ ਇੱਕੇ ਘਰ 'ਚ ਕੰਮ ਕਰਨਾ। ਜੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਪਾੜਨ ਦੀ ਕੋਸ਼ਿਸ਼ ਕਰਨੀ ਤਾਂ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੁੰਦਾ ਸੀ ਆਪਣੇ ਘਰ ਦਾ, ਜੇ ਤੇਰੇ ਪ੍ਰਤੀ ਮੇਰੇ ਕੋਲ ਕੋਈ ਗੱਲ ਕਰੇਗਾ, ਮੈਂ ਸ਼ਾਮਾਂ ਨੂੰ ਆਣ ਕੇ ਤੈਨੂੰ ਪੁੱਛਾਂਗਾ, ਇਹ ਗੱਲ ਮੈਂ ਫਲਾਣੇ ਕੋਲੋਂ ਸੁਣ ਕੇ ਆਇਆ, ਇਹ ਗੱਲ ਤੂੰ ਮੇਰੇ ਬਦਲੇ ਮੇਰੇ ਬਾਰੇ ਕਿਸੇ ਕੋਲ ਕਹੀ ਹੈ ਕਿ ਨਹੀਂ ਕਹੀ? ਉਹਨੇ ਕਿਹਾ ਨਹੀਂ ਕਹੀ। ਕਹਿੰਦਾ ਕੋਈ ਗੱਲ ਨਹੀਂ, ਜੇ ਤੂੰ ਮੇਰੇ ਬਾਰੇ ਕਿਸੇ ਕੋਈ ਲਫ਼ਜ਼ ਨਹੀਂ ਨਾ ਬੋਲੇ, ਹੁਣ ਸਾਰਾ ਪਿੰਡ ਇਕੱਠਾ ਹੋ ਜਾਏ, ਸਾਰੇ ਜ਼ਿਲ੍ਹੇ ਦੇ ਲੋਕ ਇਕੱਠੇ ਹੋ ਜਾਣ, ਪੂਰਾ ਦੇਸ਼ ਵੀ ਆ ਜਾਏ, ਸਾਡੇ ਭਰਾਵਾਂ ਵਿੱਚ ਕੋਈ ਪਾਟਕ ਨਹੀਂ ਪਾ ਸਕਦਾ। ਜਦੋਂ ਕਿਸੇ ਭਰਾ ਬਾਰੇ ਕੋਈ ਗੱਲ ਕਰੇ, ਤੇਰੇ ਬਾਰੇ ਉਸਨੇ ਇਹ ਗੱਲ ਕਹੀ, ਤੇਰੇ ਬਾਰੇ ਕਿਸੇ ਨੇ ਉਹ ਗੱਲ ਕਹੀ, ਉਹਨੇ ਭਰਾ ਨੂੰ ਪੁੱਛਣ ਦੀ ਬਜਾਏ ਦੁਸ਼ਮਣਾਂ 'ਤੇ ਵਿਸ਼ਵਾਸ ਕਰ ਲਿਆ, ਦੁਬਿਧਾ ਪੈ ਗਈ, ਘਰ ਪਾਟ ਗਏ। ਉਹ ਅੰਮਾ ਜਾਇਆ, ਉਹ ਹੀ ਭਰਾ ਜਿਹਦੇ ਨਾਲ ਇੱਕੇ ਥਾਲੀ 'ਚ ਬੈਠ ਕੇ ਪ੍ਰਸ਼ਾਦਾ ਛਕਦੇ ਸੀ, ਉਹਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਨਜ਼ਰ ਆਉਣ ਲੱਗ ਪਿਆ। ਕਿਸ ਨੇ? ਦੁਬਿਧਾ ਨੇ। ਸਤਿਗੁਰੂ ਜੀ ਕਹਿੰਦੇ ਦੁਬਿਧਾ ਕਿੱਥੋਂ ਖਤਮ ਹੁੰਦੀ ਹੈ? ਗੁਰੂ ਦੀ ਵਿਚਾਰ ਕੀਤਿਆਂ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਲਿਵ ਲਾਏ ਸੱਚ ਨਾਲ ਜੁੜ ਜਾ, ਦੁਬਿਧਾ ਮੁੱਕ ਜਾਏਗੀ। ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜੇ ਪਰਿਵਾਰਾਂ 'ਚ ਦੁਬਿਧਾ ਪੈ ਜਾਏ,
ਬੱਚਿਆਂ ਦੇ ਮਾਤਾ ਪਿਤਾ ਪ੍ਰਤੀ ਦੁਬਿਧਾ ਪੈ ਜਾਏ, ਜੇ ਦੇਸ਼ ਵਿੱਚ ਦੁਬਿਧਾ ਪੈ ਜਾਏ, ਕੌਮਾਂ 'ਚ ਦੁਬਿਧਾ ਪੈ ਜਾਏ, ਉਹਦਾ ਹੱਲ ਕੀ ਹੈ? ਇਕੱਤਰ ਹੋ ਕੇ ਬਹਿ ਜਾਓ, ਵਿਚਾਰ ਕਰੋ, ਆਪਣੀ ਬਾਰੇ ਕੁਝ ਸੁਣੋ, ਦੂਜੇ ਬਾਰੇ ਕੁਝ ਦੱਸੋ, ਆਪਣੀਆਂ ਕਮੀਆਂ ਦਾ ਪਤਾ ਲੱਗੇ, ਦੂਜੇ ਦੀਆਂ ਕਮੀਆਂ ਨੂੰ ਦੱਸੋ। ਜਦੋਂ ਦੋਵੇਂ ਜਾਣੇ ਇੱਕ ਇਸ ਤਰੀਕੇ ਨਾਲ ਦੁਬਿਧਾ ਦੂਰ ਕਰਨ ਦੀ ਕੋਸ਼ਿਸ਼ ਕਰਨਗੇ, ਘਰ ਸੋਹਣਾ ਬਣ ਜਾਏਗਾ। ਨਹੀਂ ਤਾਂ ਜੇ ਦੁਬਿਧਾ ਵੱਧ ਹੀ ਜਾਏ ਤਾਂ ਫਿਰ ਉਹਦਾ ਹੱਲ ਕੀ ਹੈ? ਉਹਦਾ ਹੱਲ ਇੱਕੋ ਹੀ ਰਹਿ ਜਾਂਦਾ ਹੈ, ਪਰਿਵਾਰ ਪਾੜ ਜਾਂਦੇ ਨੇ, ਦੇਸ਼ ਪਾੜ ਜਾਂਦੇ ਨੇ, ਬਟਵਾਰੇ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਪਹਿਲੀ ਨਿਸ਼ਾਨੀ ਇਹ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਿਧਾ ਬਿਨ ਸਜਾਏ, ਮਨ ਦੀ ਦੁਬਿਧਾ ਮੁੱਕ ਜਾਏ, ਇਹ ਗੁਰੂ ਦੀ ਪਹਿਲੀ ਨਿਸ਼ਾਨੀ। ਹੁਣ ਫੈਸਲਾ ਅਸੀਂ ਕਰਨਾ, ਜਿਨ੍ਹਾਂ ਨੂੰ ਸਾਡੇ ਸੰਸਾਰ ਦੇ ਲੋਕ ਦੇਹਧਾਰੀ ਗੁਰੂ ਕਹਿ ਰਹੇ ਨੇ, ਜਿਨ੍ਹਾਂ ਕੋਲ ਜਾਂਦੇ ਨੇ, ਉਹ ਦੁਬਿਧਾ ਮੁਕਾਉਣ ਦੀ ਬਜਾਏ ਦੁਬਿਧਾ ਪਾਉਂਦੇ ਨੇ। ਸਾਨੂੰ ਤਾਂ ਅੱਜ ਉਹ ਗੁਰੂ ਚੰਗੇ ਲੱਗਣ ਲੱਗ ਪਏ ਜਿਹੜੇ ਭਰਾਵਾਂ ਨਾਲੋਂ ਤੋੜਦੇ ਨੇ, ਪਰਿਵਾਰਾਂ 'ਚ ਬਟਵਾਰੇ ਪਾਉਂਦੇ ਨੇ। ਕੈਸੇ ਗੁਰੂ ਨੇ ਜਿਹੜੇ ਸਾਡੇ ਅੰਦਰੋਂ ਦੁਬਿਧਾ ਮੁਕਾ ਕੇ ਸਾਨੂੰ ਕੀ ਅਹਿਸਾਸ ਕਰਾਉਂਦੇ ਨੇ? ਏਕ ਪਿਤਾ ਏਕ ਸਕੇ ਹਮ ਬਾਰਕ, ਇੱਕੋ ਹੀ ਪਿਤਾ ਹੈ ਅਤੇ ਇੱਕੋ ਦੇ ਅਸੀਂ ਬਾਰਕ ਹਾਂ। ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰ ਭਾਈ ਹੈ, ਸਾਡਾ ਪਿਓ ਇੱਕ ਹੀ ਹੈ। ਇੱਥੇ ਲਫਜ਼ ਕਿਸੇ ਜਾਤ ਬਰਾਦਰੀ ਵਾਸਤੇ ਨਹੀਂ ਵਰਤੇ, ਕਹਿੰਦੇ ਸਾਡਾ ਇੱਕੋ ਹੀ ਪਿਤਾ ਹੈ, ਇੱਕੋ ਤੋਂ ਅਸੀਂ ਪੈਦਾ ਹੋਏ ਹਾਂ। ਗੁਰੂ ਨਾਨਕ ਪਾਤਸ਼ਾਹ ਇਹੋ ਹੀ ਤਾਂ ਮੈਸੇਜ ਲੈ ਕੇ ਗਏ ਸੀ, ਇਹੋ ਹੀ ਤਾਂ ਸੁਨੇਹਾ ਲੈ ਕੇ ਗਏ ਸੀ। ਸਾਰਿਆਂ ਨੂੰ ਚੰਗੀ ਲੱਗੀ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੀ। ਭੱਜ ਭੱਜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਾਫਲਾ ਵੱਡਾ ਹੁੰਦਾ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਇਹੋ ਹੀ ਤਾਂ ਵਿਚਾਰ ਲੈ ਕੇ ਗਏ ਸੀ, ਪਿਓ ਇੱਕੋ ਹੀ ਹੈ ਸਾਡਾ, ਤੁਸੀਂ ਇਹਨੂੰ ਨਾਂ ਵੱਖਰੇ ਵੱਖਰੇ ਦੇ ਦਿੱਤੇ ਨੇ, ਤੁਸੀਂ ਇਹ ਜਾਤਾਂ ਬਰਾਦਰੀਆਂ ਮਜ਼ਹਬ ਇਹ ਵੱਖਰੇ ਵੱਖਰੇ ਖੜ੍ਹੇ ਕਰ ਲਏ, ਅਸੀਂ ਇੱਕੋ ਹੀ ਹਾਂ। ਜਦੋਂ ਅਸੀਂ ਸਿੱਖਾਂ ਦਾ ਗੁਰੂ ਕਹਿੰਦੇ ਹਾਂ ਨਾ, ਉਦੋਂ ਇੰਝ ਲੱਗਦਾ ਹੈ ਕੇਵਲ ਸਿੱਖਾਂ ਦਾ ਗੁਰੂ ਨਹੀਂ। ਭਾਈ ਗੁਰਦਾਸ ਜੀ ਨੂੰ ਪੁੱਛੋ, ਜਾਹਰ ਪੀਰ ਜਗਤ ਗੁਰ ਬਾਬਾ, ਇਹ ਜਗਤ ਦਾ ਬਾਬਾ ਹੈ। ਅਤੇ ਜਗਤ ਕੇਵਲ ਦਿੱਲੀ ਨਹੀਂ, ਜਗਤ ਕੇਵਲ ਪੰਜਾਬ ਨਹੀਂ, ਜਗਤ ਕੇਵਲ ਲੁਧਿਆਣਾ ਨਹੀਂ, ਜਗਤ ਕੇਵਲ ਹਰਿਆਣਾ ਨਹੀਂ, ਜਗਤ ਤਾਂ ਪੂਰੀ ਕੰਟਰੀ ਪੂਰੀ ਦੁਨੀਆ ਹੈ ਨਾ। ਜਾਹਰ ਪੀਰ ਜਗਤ ਗੁਰ ਬਾਬਾ ਹੈ, ਇਹ ਜਗਤ ਦਾ ਬਾਬਾ ਹੈ। ਇਹਦੀ ਚਰਨ ਸ਼ਰਨ ਵਿੱਚ ਜੁੱਤੀਆਂ ਗੰਢਣ ਵਾਲਾ ਭਗਤ ਰਵਿਦਾਸ ਜੀ ਵੀ ਆਏ ਨੇ, ਸਤਿਗੁਰ ਪਾਤਸ਼ਾਹ ਜੀ ਨੇ ਉਸ ਨੂੰ ਵੀ ਯੋਗ ਥਾਂ ਦਿੱਤੀ ਹੈ। ਜੇ ਖੱਡੀਆਂ ਬੁਣਨ ਵਾਲੇ, ਦਰੀਆਂ ਬੁਣਨ ਵਾਲੇ ਭਗਤ ਕਬੀਰ ਜੀ ਨੇ, ਉਹਨਾਂ ਨੂੰ ਵੀ ਯੋਗ ਥਾਂ ਦਿੱਤੀ ਹੈ। ਜੇ ਭਗਤ ਧੰਨਾ ਜੀ ਆਏ ਨੇ, ਉਹਨਾਂ ਨੂੰ ਵੀ ਬਣ ਦਾ ਯੋਗ ਸਨਮਾਨ ਦਿੱਤਾ ਹੈ। ਜੇ ਭਗਤ ਸਦਨਾ ਜੀ, ਸੈਣ ਜੀ, ਪੀਪਾ ਜੀ, ਪਾਟ ਨਲ ਜੀ, ਕਲ ਜੀ, ਭਿੱਖਾ ਜੀ, ਮਥੁਰਾ ਜੀ, ਹਰ ਇੱਕ ਨੂੰ, ਉਹਨਾਂ ਨੂੰ ਇਹ ਤਾਂ ਨਹੀਂ ਪੁੱਛਿਆ ਗਿਆ ਕਿਹੜੀ ਜਾਤ ਹੈ ਤੁਹਾਡੀ, ਤੁਹਾਡਾ ਮਜ਼ਹਬ ਕੀ ਹੈ। ਬਾਬੇ ਕਬੀਰ ਨੇ ਖਿਆਲ ਦਿੱਤਾ ਬੜਾ ਪਿਆਰਾ, ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਗਰਭ ਵਾਸ ਮੈਂ, ਜਦੋਂ ਮਾਤਾ ਦੇ ਗਰਭ 'ਚ ਬੱਚਾ ਪਲ ਰਿਹਾ ਹੁੰਦਾ ਹੈ, ਉਸ ਵਕਤ ਕੋਈ ਦੁਨੀਆ ਦਾ ਧਰਮੀ ਮਨੁੱਖ ਇਹ ਗੱਲ ਕਹਿ ਸਕਦਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਧਰਮੀ ਹਾਂ, ਇਹ ਬੱਚੇ ਦੀ ਜਾਤ ਕਿਹੜੀ ਹੈ? ਜਦੋਂ ਬੱਚੇ ਨੇ ਜਨਮ ਨਹੀਂ ਲਿਆ, ਅਜੇ ਬੱਚਾ ਮਾਤਾ ਦੇ ਗਰਭ ਵਿੱਚ ਹੈ, ਉਹਨੇ ਜੇ ਦੁਨੀਆ ਨਹੀਂ ਵੇਖੀ। ਬਾਬਾ ਕਬੀਰ ਜੀ ਕਹਿਣ ਲੱਗੇ, ਮੈਨੂੰ ਇਹ ਦੱਸੋ, ਮਾਤਾ ਦੇ ਗਰਭ ਵਿੱਚ ਜਦੋਂ ਬੱਚਾ ਪਲ ਰਿਹਾ ਸੀ, ਉਹਦੀ ਕਿਹੜੀ ਜਾਤ ਸੀ, ਕਿਹੜੀ ਕੁੱਲ ਸੀ, ਕਿਹੜਾ ਮਜ਼ਹਬ ਸੀ ਉਹਦਾ, ਕਿਹੜਾ ਧਰਮ ਸੀ ਉਹਦਾ, ਮੈਨੂੰ ਦੱਸੋ ਤਾਂ ਸਹੀ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਨਾ ਉਹਦੀ ਕੁੱਲ ਅਤੇ ਨਾ ਉਹਦੀ ਜਾਤ, ਜਦੋਂ ਮਾਤਾ ਦੇ ਗਰਭ 'ਚ ਬੱਚਾ ਪਲ ਰਿਹਾ ਸੀ। ਜਦੋਂ ਇਹ ਗੱਲ ਸੰਸਾਰ ਦੇ ਮਨੁੱਖਾਂ ਨੂੰ ਪਤਾ ਲੱਗੀ, ਇਹ ਮੈਸੇਜ ਲੈ ਕੇ ਬਾਬਾ ਕਬੀਰ ਜੀ ਆਏ ਨੇ। ਬਾਬਾ ਕਬੀਰ ਜੀ ਨੂੰ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਤੱਕ ਪਹੁੰਚੀ। ਕਰਦਿਆਂ ਕਰਦਿਆਂ ਸਾਡੇ ਕੋਲ ਇਹ ਬਾਣੀ ਅੱਜ ਮੌਜੂਦ ਹੈ, ਪਰ ਕੀ ਮੌਜੂਦ ਹੋਣ ਦਾ ਅਸੀਂ ਲਾਭ ਉਠਾਇਆ? ਅਸੀਂ ਤਾਂ ਧੀ ਦਾ ਰਿਸ਼ਤਾ ਕਰਨਾ ਹੋਵੇ, ਪਹਿਲਾਂ ਪੁੱਛਦੇ ਹਾਂ ਤੁਸੀਂ ਕਿਹੜੀ ਜਾਤ ਨਾਲ ਸੰਬੰਧ ਰੱਖਦੇ ਜੀ, ਆਪਣੀ ਬੇਟੀ ਦਾ ਬਾਇਓਡਾਟਾ ਭੇਜਦੇ ਹੋ, ਤੁਸੀਂ ਕੌਣ ਹੁੰਦੇ ਜੇ? ਰੰਧਾਵੇ ਹੁੰਦੇ ਜੇ? ਅਸੀਂ ਵੀ ਰੰਧਾਵੇ ਹਾਂ, ਅਤੇ ਰੰਧਾਵਿਆਂ 'ਚ ਰੰਧਾਵਿਆਂ ਦਾ ਵਿਆਹ ਨਹੀਂ ਹੋ ਸਕਦਾ। ਅੱਛਾ, ਤੁਸੀਂ ਗਿੱਲ ਜੇ? ਫਿਰ ਤਾਂ ਵਿਆਹ ਨਹੀਂ ਹੋ ਸਕਦਾ ਸਾਡਾ। ਕਿਉਂ? ਸਾਨੂੰ ਤਾਂ ਫਲਾਣੇ ਬਾਬਾ ਜੀ ਨੇ ਆਖਿਆ, ਸਾਨੂੰ ਤਾਂ ਫਲਾਣੇ ਜੋਤਸ਼ੀ ਜੀ ਨੇ ਆਖਿਆ,
ਜੋਤਸ਼ੀ ਵੱਡਾ ਹੋ ਗਿਆ, ਬਾਬਾ ਵੱਡਾ ਹੋ ਗਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਤ ਹੋ ਗਈ ਛੋਟੀ। ਕੌਣ ਕਹਿ ਰਿਹਾ? ਖੰਡੇ ਦੀ ਪੌ ਲੈਣ ਵਾਲਾ ਜਿਹਨੇ ਗਾਤਰਾ ਵੀ ਪਾਇਆ ਹੈ। ਉਹ ਵਿਅਕਤੀ ਇਹ ਗੱਲ ਪੁੱਛੇ ਆਪਣੇ ਪੁੱਤਰ ਧੀ ਦਾ ਵਿਆਹ ਕਰ ਲੱਗਿਆ 100 ਵਾਰ ਪੁੱਛੇ। ਕਈ ਪੁੱਛਣਗੇ ਤੁਸੀਂ ਕੌਣ ਹੁੰਦੇ ਜੀ? ਜਿਹੜਾ ਤਾਂ ਹੋਏਗਾ ਗੁਰੂ ਦਾ ਸਿੱਖ, ਉਹ ਕਹੇਗਾ ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਮੈਂ ਪਰਮਾਤਮਾ ਦਾ ਰੂਪ ਹਾਂ। ਭਾਈ ਤੇਰੇ ਅੰਦਰ ਵੀ ਖੂਨ ਹੈ। ਜਦੋਂ ਖੂਨ ਚੜ੍ਹਦਾ ਹੈ, ਆ ਬਲੱਡ ਦੀ ਗੱਲ ਆਉਂਦੀ ਹੈ, ਆ ਰਿਕਸ਼ੇ ਵਾਲੇ ਖੂਨ ਬਹੁਤ ਵੇਚਦੇ ਨੇ, ਕਿਉਂ? ਮਜਬੂਰੀ ਹੈ ਵਿਚਾਰਿਆਂ ਦੀ। ਕਦੀ ਵੇਖਣਾ ਰਿਕਸ਼ੇ ਵਾਲੇ ਆਪਣਾ 6-7 ਮਹੀਨਿਆਂ ਬਾਅਦ ਖੂਨਦਾਨ ਕੈਂਪ ਵੀ ਲੱਗਦੇ ਨੇ। ਕਦੀ ਐਸਾ ਹੋਇਆ ਅਰਬਪਤੀ ਬੰਦਾ ਹੋਵੇ, ਕਰੋੜਾਪਤੀ ਬੰਦਾ, ਵੈਸੇ ਤਾਂ ਰਿਕਸ਼ੇ ਵਾਲੇ ਨੂੰ ਆਪਣੇ ਡਾਇਨਿੰਗ ਟੇਬਲ 'ਤੇ ਨਹੀਂ ਨਾ ਬਿਠਾਏਗਾ ਵੀ ਡਾਇਨਿੰਗ ਟੇਬਲ 'ਤੇ ਜਿੱਥੇ ਮੈਂ ਨਾਸ਼ਤਾ ਕਰਦਾ ਤੂੰ ਵੀ ਕਰ। ਪਰ ਜੇ ਉਹਨੂੰ ਇਹ ਪਤਾ ਲੱਗ ਜਾਏ ਕਿ ਆਹ ਜਿਹੜਾ ਤੈਨੂੰ ਜਦੋਂ ਤੂੰ ਮਰ ਰਿਹਾ ਸੀ ਨਾ, ਜਦੋਂ ਤੈਨੂੰ ਬਲੱਡ ਕੈਂਸਰ ਸੀ, ਤੇਰਾ ਖੂਨ ਸਾਰਾ ਚੇਂਜ ਹੋਇਆ, ਅਤੇ ਤੇਰੇ ਅੰਦਰ ਇੱਕ ਬੋਤਲ ਖੂਨ ਦੀ ਇੱਕ ਰਿਕਸ਼ੇ ਵਾਲੇ ਦੀ ਵੀ ਚੜ੍ਹੀ ਹੈ, ਵੈਸੇ ਤੂੰ ਆਪਣੇ ਘਰ ਨਹੀਂ, ਅੰਮ੍ਰਿਤਧਾਰੀ ਦੇ ਅੰਦਰ ਜਦੋਂ ਖੂਨ ਚੜ੍ਹੇਗਾ ਉਹ ਪੁੱਛਿਆ ਥੋੜ੍ਹਾ ਜਾਏਗਾ ਵੀ ਇਹ ਕਿੱਥੋਂ ਖੂਨ ਆਇਆ, ਇਹ ਕਿਹਦੇ ਅੰਦਰੋਂ ਖੂਨ ਤਬਦੀਲ ਹੋਇਆ। ਹੁਣੇ ਕਿਸੇ ਅੰਮ੍ਰਿਤਧਾਰੀ ਖੰਡੇ ਦੀ ਪੌ ਲੈਣ ਵਾਲਾ ਐਕਸੀਡੈਂਟ ਹੋ ਜਾਏ, ਹੋਸਪਿਟਲ ਪਹੁੰਚੇ, ਕਈ ਵਾਰੀ ਕਈ ਐਸੇ ਗਰੁੱਪ ਹੁੰਦੇ ਜਿਹਨਾਂ ਖੂਨ ਇੱਕਦਮ ਮਿਲਦਾ ਹੀ ਨਹੀਂ, ਐਨ ਮੰਨ ਲਓ ਬੇਅਮਰਤੀਏ ਬੰਦਾ ਹਾਜ਼ਰ ਹੋਵੇ, ਬਾਕੀ ਸਾਨੂੰ ਕੋਈ ਲੱਭੇ ਨਾ, ਡਾਕਟਰ ਕਹੇ ਜੇ ਇੰਨੇ ਮਿੰਟਾਂ ਦੇ ਅੰਦਰ ਖੂਨ ਨਾ ਹੋਇਆ ਤੁਹਾਡਾ ਮਰੀਜ਼ ਖਤਮ ਹੋ ਸਕਦਾ। ਉੱਥੇ ਪੁੱਛਾਂਗੇ ਅਸੀਂ ਭਾਈ ਤੂੰ ਖੰਡੇ ਦੀ ਪੌ ਲਈ ਹੈ, ਤੇਰੇ ਖੂਨ ਨੇ ਅੰਮ੍ਰਿਤ ਛਕਿਆ, ਮੈਂ ਤਾਂ ਫਿਰ ਖੂਨ ਚੜਾਉਣਾ। ਉੱਥੇ ਸਭ ਕੁਝ ਭੁੱਲ ਜਾਏਗਾ, ਇਕਲੌਤਾ ਪੁੱਤਰ ਹੋਵੇ, ਉਮਰ ਹੋਵੇ 19 ਸਾਲ, ਅਤੇ ਮੌਤ ਅਤੇ ਜ਼ਿੰਦਗੀ ਦੇ ਦਰਮਿਆਨ ਸਮਾਂ ਗਿਣ ਲਿਆ ਹੋਵੇ, ਉੱਥੇ ਵੱਡੇ ਤੋਂ ਵੱਡੇ ਧਰਮੀ ਦਾ ਵੀ ਧਰਮ ਡੋਲ ਜਾਏਗਾ। ਡੋਲਣਾ ਹੀ ਸੀ, ਕਿਉਂਕਿ ਉਹ ਜਿਹਨੂੰ ਧਰਮ ਕਹਿ ਰਿਹਾ ਸੀ ਉਹ ਧਰਮ ਨਹੀਂ ਸੀ, ਜਿਹਨੂੰ ਉਹਨੇ ਧਰਮ ਪਾਲਿਆ ਹੋਇਆ ਸੀ ਉਹ ਧਰਮ ਥੋੜ੍ਹਾ ਸੀ। ਵੀ ਖੂਨ ਜਦੋਂ ਸਰੀਰ ਅੰਦਰ ਖੂਨ ਬਣਦਾ ਹੈ, ਦਿਲ ਪੰਪ ਕਰਦਾ ਹੈ, ਉਹ ਇਹ ਥੋੜ੍ਹਾ ਵੇਖਦਾ ਖੂਨ ਕਿਹਦੇ ਅੰਦਰ ਜਾਣਾ। ਭਲੇ ਉਹ ਸਤਿਗੁਰੂ ਪਾਤਸ਼ਾਹ ਜੀ ਨੇ, ਤੁਸੀਂ ਕਿਸੇ ਮੁਸਲਮਾਨ ਦਾ ਖੂਨ ਕੱਢ ਕੇ ਵੇਖ ਲਓ, ਹਿੰਦੂ ਵੀਰ ਦਾ ਖੂਨ ਕੱਢ ਕੇ ਵੇਖ ਲਓ, ਸਿੱਖ ਦਾ ਖੂਨ ਕੱਢ ਕੇ ਵੇਖ ਲਓ, ਤਿੰਨਾਂ ਦੇ ਗਰੁੱਪ ਮਿਲਾ ਕੇ ਵੇਖ ਲਓ, ਖੂਨ ਚੜ੍ਹ ਜਾਂਦਾ ਹੈ। ਉਹ ਬਣਾਉਣ ਵਾਲੇ ਨੇ ਫਰਕ ਨਹੀਂ ਪਾਇਆ, ਫਰਕ ਪਾਇਆ ਕਿਹਨੇ? ਉਸ ਜਾਤ ਪੜ੍ਹੀ ਵੀ ਜ਼ਰੂਰ ਜਾਂਦੇ ਹਾਂ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ। ਪੜ੍ਹੀ ਵੀ ਜਾਂਦੇ ਹਾਂ, ਵਿਪਰਨ ਦੀਆਂ ਰੀਤਾਂ ਦੀਆਂ ਗੱਲਾਂ ਕਰੀ ਵੀ ਜਾਂਦੇ ਹਾਂ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਵਿਪਰਨ ਦੀ ਰੀਤ ਦੀ ਗੱਲ ਵੀ ਕਰੀ ਜਾ ਰਹੇ ਹਾਂ ਅਤੇ ਵਿਪਰਨ ਦੀ ਰੀਤ 'ਤੇ ਲਿਖ ਕੇ ਬੈਠੇ ਹੋਏ ਹਾਂ। ਜਦੋਂ ਆਪਣੀ ਧੀ ਪੁੱਤਰ ਦਾ ਵਿਆਹ ਕਰਨਾ, ਕਿਤੇ ਜਿੱਦਣ ਉਦਣ ਵਿਪਰਨ ਦੀ ਰੀਤ ਤੋਂ ਮੁਕਤ ਹੋਵਾਂਗੇ, ਜਦੋਂ ਇਹ ਪੁੱਛਾਂਗੇ ਤੁਹਾਡਾ ਪੁੱਤਰ ਕੀ ਕਰਦਾ ਜੀ, ਬਾਣੀ ਪੜ੍ਹਦਾ ਜੀ, ਨੌਕਰੀ ਦੇ ਨਾਲ ਨਾਲ ਕੁਝ ਲੋੜਵੰਦਾਂ ਦੀ ਸੇਵਾ ਵੀ ਕਰਦਾ ਜੀ। ਅਸੀਂ ਜਾਤ ਬਰਾਦਰੀ ਵਿੱਚ ਫਸ ਕੇ ਜਦੋਂ ਪੁੱਤਰ ਧੀ ਦਾ ਆਨੰਦ ਕਾਰਜ ਕਰਨਾ ਹੁੰਦਾ ਹੈ, ਚੰਗੇ ਗੁਣ ਸਾਨੂੰ ਕਿਸੇ ਸਾਡੀ ਜਾਤ ਤੋਂ ਬਿਨਾਂ ਕਿਸੇ ਵਿਅਕਤੀ 'ਚ ਮਿਲ ਜਾਣ, ਨਹੀਂ ਰਿਸ਼ਤਾ ਕਰਨ ਨੂੰ ਤਿਆਰ, ਮਾੜੇ ਜੀਵਨ ਵਾਲਾ, ਕਿਰਦਾਰ ਤੋਂ ਨੀਵੇਂ ਵਾਲਾ, ਆਪਣੀ ਜਾਤ ਦਾ ਮਿਲ ਜਾ ਕਰ ਦੇਵਾਂਗੇ, ਬਾਅਦ ਵਿੱਚ ਭਾਵੇਂ ਸਾਡੀ ਕੁੜੀ ਨੂੰ ਲੜਕੀ ਨੂੰ ਸਾਰੀ ਜ਼ਿੰਦਗੀ ਦੁੱਖਾਂ ਦਾ ਜੀਵਨ ਹੀ ਹੰਢਾਉਣਾ ਪਵੇ। ਪਤਾ ਨਹੀਂ ਇਸ ਗੱਲ ਦਾ, ਇੱਥੇ ਆਣ ਕੇ ਫਿਰ ਸਾਡਾ ਧਰਮ, ਸਾਡੀ ਮਾਣ ਮਰਿਆਦਾ, ਸਾਡੀਆਂ ਰਿਸ਼ਤੇਦਾਰੀਆਂ, ਸਾਡਾ ਸਮਾਜ, ਕਿਉਂ? ਕਿਉਂਕਿ ਗੁਰੂ ਦੇ ਕੋਲੋਂ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਸਿੱਖ ਪਾਏ ਅਸੀਂ। ਮੈਂ ਫਿਰ ਉਦਾਹਰਨ ਦੇ ਦੇਵਾਂ, ਬਾਬਾ ਕਬੀਰ ਜੀ ਕਹਿੰਦੇ ਜਦੋਂ ਮਾਤਾ ਦੇ ਗਰਭ 'ਚ ਬੱਚਾ ਪਲਦੇ, ਅੰਗਰੇਜ਼ਾਂ ਦਾ ਬੱਚਾ, ਤੁਸੀਂ ਜੰਮਦੇ ਬੱਚੇ ਨੂੰ ਤੁਸੀਂ ਆਪਣੀ ਗੋਦ ਵਿੱਚ ਪਾਲਣਾ ਸ਼ੁਰੂ ਕਰ ਦਿਓ, ਜਨਮ 'ਤੇ ਉਹਦੇ ਸਰੀਰ ਦਾ ਵਿਕਾਸ ਹੋਣਾ, ਸਰੀਰ ਦੀ ਬਣਤਰ ਤਾਂ ਅਮੈਰੀਕਾ ਦੀ ਧਰਤੀ 'ਤੇ ਬਣਨੀ ਸ਼ੁਰੂ ਹੋਈ ਸੀ ਨਾ, ਜਨਮ ਲੈਂਦਿਆਂ ਸਰ ਤੁਸੀਂ ਇੱਥੇ ਲਾਇਓ, ਦਿੱਲੀ ਵਿੱਚ ਇੱਕ ਪੰਜਾਬੀ ਪਰਿਵਾਰ 'ਚ ਪਲਣਾ ਸ਼ੁਰੂ ਕਰ ਦਿਓ, ਥੋੜ੍ਹੇ ਚਿਰ ਬਾਅਦ ਉਹਦੀ ਭਾਸ਼ਾ ਕਿਹੜੀ ਹੋਏਗੀ, ਉਹਦੀ ਜਾਤ ਕਿਹੜੀ ਹੋਏਗੀ, ਉਹਨੂੰ ਕਿਹਦਾ ਨਾਂ ਦਿੱਤਾ ਜਾਏਗਾ? ਤੁਹਾਡੀ ਭਾਸ਼ਾ ਸਿੱਖ ਲੈਣੀ ਹੈ, ਤੁਹਾਡੀ ਜਾਤ ਹੋਣੀ ਹੈ, ਤੁਹਾਡੇ ਸੰਸਕਾਰ ਸਿੱਖ ਲੈਣੇ ਨੇ ਉਹਨੇ, ਜਿਵੇਂ ਸਾਡੇ ਬੱਚੇ ਇੱਥੋਂ ਦੇ ਬਾਹਰਲੀਆਂ ਕੰਟਰੀਆਂ, ਜਿਹੜੇ ਅਮੈਰੀਕਾ, ਜਿਹੜੇ ਕੈਨੇਡਾ ਵਰਗੀ ਧਰਤੀ 'ਤੇ ਸਿੱਟੀ ਜਾਂਦੇ, ਜਦੋਂ ਉੱਥੋਂ ਦੀ ਉਹੋ ਜਿਹਾ ਕਲਚਰ ਸਿੱਖ ਲੈਂਦੇ ਨੇ, ਜਾਤ ਤਾਂ ਸਾਡੀ ਹੈ, ਅਸੀਂ ਮਾਣ ਨਾ ਕਹਿੰਦੇ ਹਾਂ ਪਾਗਾਂ ਵਾਲੇ, ਉਹ ਜਾਤ ਜਨਮ ਕਰਕੇ ਨਹੀਂ, ਜਾਤ ਮਨੁੱਖ ਦੀ ਕੰਮਾਂ ਕਰਕੇ ਪੈਂਦੀ ਹੈ, ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ। ਹੁਣ ਜਦੋਂ ਅਸੀਂ ਕੋਈ ਕੱਪੜੇ ਸਿਉਂਦਾ ਹੋਵੇ, ਭਾਵੇਂ ਜ਼ਿਮੀਂਦਾਰਾਂ ਦਾ ਬੱਚਾ ਹੋਵੇ, ਅਸੀਂ ਕਹਿੰਦੇ ਦਰਜੀ ਹੈ, ਕੱਪੜੇ ਸਿਉਂ ਰਿਹਾ ਹੈ ਨਾ। ਕੋਈ ਰਾਜਗਿਰੀ ਦਾ ਕੰਮ ਕਰਦਾ ਹੋਵੇ, ਇੱਟਾਂ ਲਾਉਂਦਾ ਹੋਵੇ,
ਬੜੇ ਪੰਜਾਬ ਦੀ ਧਰਤੀ 'ਤੇ ਜ਼ਿਮੀਂਦਾਰਾਂ ਦੇ ਬੱਚੇ ਅੱਜ ਕੱਲ੍ਹ ਰਾਜਗਿਰੀ ਦਾ ਕੰਮ ਕਰਦੇ ਨੇ, ਇੱਟਾਂ ਲਾਉਂਦੇ ਨੇ, ਆਪਣੇ ਹੱਥੀਂ ਕੋਠੀਆਂ ਉਸਾਰਦੇ ਨੇ, ਕੀ ਕਹਿੰਦੇ ਨੇ, ਮੈਂ ਮਿਸਤਰੀ ਸਾਹਿਬ ਨੂੰ ਮਿਲ ਕੇ ਆਇਆ। ਉਹ ਕਵੇ ਮੈਂ ਤਾਂ ਜ਼ਿਮੀਂਦਾਰ ਹਾਂ, ਮੈਨੂੰ ਤੂੰ ਮਿਸਤਰੀ ਕਹਿਤਾ, ਉਹਦੇ ਕੰਮ ਕਰਕੇ ਉਹਦੀ ਜਾਤ ਹੈ। ਕੋਈ ਜੁੱਤੀਆਂ ਗੰਢਦਾ ਹੋਵੇ ਅਸੀਂ ਕਹਿੰਦੇ ਮੋਚੀ ਆ, ਉਹ ਭਾਵੇਂ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੋਵੇ, ਸਾਨੂੰ ਅਜੇ ਤੱਕ ਨਿੱਕੀਆਂ ਨਿੱਕੀਆਂ ਬਰੀਕੀਆਂ ਦੀ ਸਮਝ ਨਹੀਂ ਲੱਗੀ। ਅਸੀਂ ਇਹਨਾਂ ਨੂੰ ਮਨੁੱਖ ਦੇ ਖੂਨ ਨਾਲ ਜੋੜ ਦਿੱਤਾ ਹੈ। ਖੇਤੀਬਾੜੀ ਕਰਨ ਵਾਲਾ ਕੋਈ ਵੀ ਹੋਵੇ, ਕਿਸਾਨ ਕਿਹਾ ਜਾਏਗਾ, ਉਹ ਬਿਹਾਰ ਦਾ ਹੋਵੇ, ਉਹ ਯੂਪੀ ਦਾ ਹੋਵੇ, ਉਹ ਪੰਜਾਬ ਦਾ ਹੋਵੇ। ਬੈਂਕ ਮੈਨੇਜਰ ਹੈ, ਉਹ ਕਿਸੇ ਜਾਤ ਨਾਲ ਸੰਬੰਧ ਹੋਵੇ, ਮੈਨੇਜਰ ਸਾਹਿਬ ਨੂੰ ਮਿਲ ਕੇ ਆਇਆ ਮੈਂ। ਜਿਹੜੇ ਸਾਡੇ ਕੰਮ ਕਰਕੇ ਸਾਡਾ ਨਾਂ ਪਿਆ ਸੀ, ਅਸੀਂ ਉਸ ਨੂੰ ਬਾਬੇ ਕਬੀਰ ਨੇ ਤਾਂ ਹੀ ਤਾਂ ਖੁਲਾਸਾ ਕੀਤਾ ਹੈ। ਕਹਿਣ ਲੱਗੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿਣਾ, ਦੂਜੇ ਨੂੰ ਨੀਵਾਂ ਕਹਿਣਾ, ਮੈਨੂੰ ਦੱਸ ਜੋ ਤੂੰ ਬ੍ਰਾਹਮਣ, ਬ੍ਰਾਹਮਣ ਹੀ ਜਾਇਆ, ਤੂੰ ਆਣ ਬਾਟ ਕਾਹੇ ਨਹੀਂ ਆਇਆ, ਤੂੰ ਵੀ ਮਾਤਾ ਦੀ ਕੁੱਖ ਵਿੱਚ 9 ਮਹੀਨੇ ਰਿਹਾ, ਮੈਂ ਵੀ ਮਾਤਾ ਦੀ ਕੁੱਖ ਵਿੱਚ 9 ਮਹੀਨੇ ਰਿਹਾ, ਫਿਰ ਤੇਰੇ 'ਚ ਮੇਰੇ 'ਚ ਫਰਕ ਕੀ? ਚਾਹੇ ਤਾਂ ਤੇਰਾ ਦੁਨੀਆ 'ਤੇ ਆਉਣ ਦਾ ਰਸਤਾ ਕੋਈ ਹੋਰ ਹੁੰਦਾ, ਉਹ ਉੱਦਾਂ ਹੀ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਮੇਰਾ ਸਰੀਰ ਉਤਪੰਨ ਹੋਇਆ, ਉੱਦਾਂ ਹੀ ਤੇਰਾ ਹੋਇਆ, ਮੈਨੂੰ ਦੱਸ ਕਿਹੜੀ ਚੀਜ਼ ਨੇ ਤੈਨੂੰ ਬ੍ਰਾਹਮਣ ਬਣਾਇਆ ਹੈ? ਬਾਬੇ ਕਬੀਰ ਜੀ ਦੀਆਂ ਵਿਚਾਰਾਂ ਦੇ ਸਾਹਮਣੇ, ਪਾਕ ਪਵਿੱਤਰ ਸਿਧਾਂਤ ਸਾਹਮਣੇ ਵੱਡੇ ਵੱਡੇ ਉੱਚ ਕੋਟੀ ਬ੍ਰਾਹਮਣ ਵੀ ਆਪਣੇ ਗੁੱਠਣੇ ਟੇਕ ਗਏ ਵੀ ਇਹਨਾਂ ਸਾਹਮਣੇ ਸਾਡਾ ਕੋਈ ਜਵਾਬ ਨਹੀਂ। ਭਾਗਾਂ ਵਾਲਿਓ, ਇਹੋ ਗੱਲ ਗੁਰਦੇਵ ਪਿਤਾ ਜੀ ਸਾਡੇ ਜੀਵਨ 'ਚੋਂ ਦੁਬਧਾ ਮੁਕਾਉਂਦੇ ਨੇ, ਅਤੇ ਗੁਰੂ ਦੀ ਨਿਸ਼ਾਨੀ ਇਹੋ ਹੀ ਹੈ ਜਿਹੜਾ ਜੀਵਨ 'ਚੋਂ ਦੁਬਧਾ ਮੁਕਾ ਦੇਵੇ। ਅਤੇ ਉਹ ਗੁਰੂ ਕੀ ਹੈ? ਸ਼ਬਦ, ਗਿਆਨ, ਵਿਚਾਰ, ਸਿਧਾਂਤ, ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸਾਡੇ ਜੀਵਨ ਕਾਲ ਦੀ ਅਗਵਾਈ ਕਰਦਾ। ਬਾਬਾ ਫਰੀਦ ਜੀ 1100 ਈਸਵੀ ਵਿੱਚ ਹੋਏ ਨੇ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ, ਜੇ ਜਾਣਾ ਮਰ ਜਾਈਏ। ਹੁਣ ਵੇਖਿਓ ਲਫਜ਼ ਉਹਨਾਂ ਵੀ ਗੁਰੂ ਵਰਤਣਾ ਹੈ, ਗੁਰੂ ਨਾਨਕ ਪਾਤਸ਼ਾਹ ਤੋਂ 350-400 ਸਾਲ ਪਹਿਲਾਂ ਹੋਏ। ਉਹ ਕਹਿੰਦੇ ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਮੰਝਾਈਏ। ਕੀ ਕਰੀਏ ਫਿਰ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ, ਜੋ ਗੁਰੂ ਵਾਟ ਦੱਸਦਾ ਹੈ, ਜੋ ਗੁਰੂ ਰਸਤਾ ਦੱਸਦਾ ਹੈ, ਜੋ ਗੁਰ ਦੱਸੇ ਵਾਟ ਮੁਰੀਦਾ ਜੋ ਲੀਏ, ਮੁਰੀਦ ਬਣ ਕੇ ਉਸ ਰਸਤੇ 'ਤੇ ਤੁਰ ਪਾ। ਬਾਬਾ ਫਰੀਦ ਜੀ 350 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਹੋਏ ਨੇ, ਉਹ ਵੀ ਕਹਿੰਦੇ ਜੋ ਗੁਰੂ ਵਾਟ ਦੱਸਦਾ ਹੈ, ਗੁਰੂ ਰਸਤਾ ਦੱਸਦਾ ਹੈ ਨਾ, ਉਸ ਰਸਤੇ 'ਤੇ ਤੁਰ। ਬਾਬਾ ਕਬੀਰ ਜੀ ਕਹਿੰਦੇ ਕਹੋ ਕਬੀਰ ਮੈਂ 100 ਗੁਰ ਪਾਇਆ, ਜਾ ਕਾ ਨਾਉਂ ਬਿਬੇਕੋ ਗਿਆਨ ਗੁਰੂ। ਇਸੇ ਗਿਆਨ ਗੁਰੂ ਦੇ ਲੜ ਲਾਇਆ ਸਾਨੂੰ, ਆਓ ਭਾਈ ਉਸ ਗਿਆਨ ਗੁਰੂ ਦੇ ਲੜ ਲੱਗੋ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਨਵਾਂ ਵਿਕਾਸ ਪੈਦਾ ਕਰਦਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੌਰਾ ਨੰਗ। ਬਿਨਾਂ ਸ਼ਬਦ ਤੋਂ, ਬਿਨਾਂ ਗਿਆਨ ਤੋਂ ਜੀਵਨ ਬੌਰਾ ਹੈ, ਜੀਵਨ ਦੇ ਵਿੱਚ ਵਿਕਾਸ ਨਹੀਂ ਹੋਏਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਇਸੇ ਗੱਦੀ 'ਤੇ ਬੈਠਦੇ ਨੇ, ਅਤੇ ਇਹ ਨਹੀਂ ਕਹਿੰਦੇ ਆਣ ਕੇ ਮੈਨੂੰ ਨਮਸਕਾਰ ਕਰੋ, ਮੇਰੀਆਂ ਪਰਿਕਰਮਾ ਕਰੋ। ਕੀ ਕਹਿੰਦੇ ਨੇ? ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਕੀ ਕਰੋ? ਆਣ ਕੇ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ। ਗੁਰਬਾਣੀ ਦਾ ਅੰਮ੍ਰਿਤ ਪੀ, ਗੁਰਬਾਣੀ ਦੀ ਵਿਚਾਰ ਦਾ ਅੰਮ੍ਰਿਤ ਪੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਲੋਭ ਨਾਲ ਰੰਗਿਆ ਹੋਇਆ ਹੈ ਨਾ, ਇਹ ਅੰਮ੍ਰਿਤ ਪੀ ਕੇ ਵੇਖ ਸਧਾਰੀ ਦੇ ਰੰਗ ਵਿੱਚ ਰਵੇਂਗਾ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ ਕਹਿ ਨਾਨਕ, ਸਦਾ ਗਾਵੋ ਇਹ ਸੱਚੀ ਬਾਣੀ। ਇਹ ਤਾਂ ਨਹੀਂ ਕਿਹਾ ਮੇਰੇ ਹੁੰਦਿਆਂ ਹੁੰਦਿਆਂ ਇਸ ਬਾਣੀ ਨੂੰ ਗਾਉਣਾ ਅਤੇ ਵਿਚਾਰਨਾ ਪੜ੍ਹਨਾ, ਬਾਅਦ ਵਿੱਚ ਨਹੀਂ। ਇੱਥੇ ਗੁਰੂ ਰਾਮਦਾਸ ਜੀ ਆ ਗਏ, ਉਹਨਾਂ ਗੱਲ ਹੀ ਨਿਬੇੜ ਦਿੱਤੀ, ਬਾਣੀ ਗੁਰੂ
ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਭੁਲੇਖਾ ਹੀ ਦੂਰ ਕਰ ਦਿੱਤਾ, ਕਿਸੇ ਸਰੀਰ ਮਗਰ ਨਾ ਭੱਜੀ, ਸਰੀਰ ਨਾ ਲੱਭਦਾ ਫਿਰੀ। ਛੋਟੀ ਜਿਹੀ ਉਦਾਹਰਨ ਦੇਵਾਂ, ਮਨੁੱਖ ਪੜ੍ਹਿਆ ਲਿਖਿਆ ਗੱਡੀ ਲੈ ਕੇ ਜਾ ਰਿਹਾ, ਇੱਕ ਚੌਂਕ ਆ ਗਿਆ ਚੁਰਸਤਾ, ਚਾਰ ਬੰਨੇ ਸਾਈਨ ਬੋਰਡ ਲੱਗੇ ਹੋਏ ਨੇ, ਪੜ੍ਹਿਆ ਲਿਖਿਆ ਹੋਏਗਾ ਅਤੇ ਚਾਰੇ ਤਰਫਿਆਂ ਨੂੰ ਨਿਸ਼ਾਨ ਦਿੱਤੇ ਹੋਏ ਨੇ, ਸਾਈਨ ਬੋਰਡ ਲੱਗੇ ਹੋਏ ਨੇ, ਇੱਥੋਂ ਫਰੀਦਾਬਾਦ 1 ਕਿਲੋਮੀਟਰ ਹੈ, ਇੱਥੋਂ ਪੰਜਾਬ 1 ਕਿਲੋਮੀਟਰ ਹੈ, ਸਹਾਰਨਪੁਰ 1 ਕਿਲੋਮੀਟਰ ਹੈ, ਜੈਪੁਰ 1 ਕਿਲੋਮੀਟਰ। ਚੌਂਕ 'ਚ ਪਹੁੰਚ ਗਿਆ ਕਿ ਉਹਨੂੰ ਪੁੱਛਣ ਦੀ ਲੋੜ ਪਵੇਗੀ? ਗੱਡੀ ਚਲਾਉਂਦਿਆਂ ਉਹਦੀਆਂ ਅੱਖਾਂ ਸਾਹਮਣੇ ਸਾਈਨ ਬੋਰਡ 'ਤੇ ਵੇਖ ਰਹੀਆਂ ਨੇ, ਸੁਰਤ ਅੰਦਰੋਂ ਪੜ੍ਹ ਰਹੀ ਹੈ, ਜੈਪੁਰ ਨੂੰ ਰਸਤਾ ਇਹ ਜਾਂਦਾ ਹੈ। ਕਿਸ ਨੇ ਦੱਸਿਆ? ਬੰਦਾ ਖਲੋਤਾ ਸੀ ਉੱਥੇ ਕੋਈ? ਨਹੀਂ, ਉਹ ਲਿਖੇ ਹੋਏ ਅੱਖਰ ਉਹਦੀ ਅਗਵਾਈ ਕਰ ਰਹੇ ਸਨ। ਕਈ ਵਾਰ ਵੇਖੋ, ਗੱਡੀ ਚਲਾਉਂਦਿਆਂ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ। ਉੱਥੇ ਜੋ ਸਾਈਨ ਬੋਰਡ 'ਤੇ ਮੀਲ ਪੱਥਰ 'ਤੇ ਲਿਖੇ ਹੋਏ ਅੱਖਰ ਨੇ ਨਾ, ਉਹ ਕਹਿੰਦੇ ਭਲਿਆ ਇੱਥੇ ਬੰਦਾ ਖਿਲਾਰਨ ਦੀ ਲੋੜ ਨਹੀਂ। ਕਈ ਵਾਰੀ ਵੇਖੋ, ਰਾਤ ਆਪਾਂ 2 ਵਜੇ ਡਰਾਈਵ ਕਰ ਰਹੇ ਹਾਂ, ਸਾਨੂੰ ਦੱਸਣ ਲਈ ਕੋਈ ਬੰਦਾ ਨਹੀਂ ਬੈਠਾ ਉੱਥੇ, ਅਸੀਂ ਅਣਜਾਣ ਰਸਤੇ 'ਚੋਂ ਲੰਘ ਰਹੇ ਹਾਂ, ਪਰ ਸਾਈਨ ਬੋਰਡ ਸਾਡੀ ਅਗਵਾਈ ਕਰ ਰਿਹਾ। ਅਸੀਂ ਸਾਈਨ ਬੋਰਡ ਦੇ ਭਰੋਸੇ 'ਤੇ 200 ਕਿਲੋਮੀਟਰ ਕਿੱਡਾ ਵੱਡਾ ਰਿਸਕ ਲੈਂਦੇ ਹਾਂ। ਸਾਈਨ ਬੋਰਡ ਗਲਤ ਵੀ ਹੋ ਸਕਦਾ, ਪਰ ਅਸੀਂ ਸਾਈਨ ਬੋਰਡ 'ਤੇ ਤੁਰਦੇ ਹਾਂ, ਕਿਉਂਕਿ ਉਹ ਉਹਨਾਂ ਸੜਕਾਂ ਵਾਲਿਆਂ ਨੇ ਮਿਣ ਕੇ ਤਿਆਰ ਕੀਤੇ ਨੇ, ਲਿਖੇ ਨੇ ਇੱਥੋਂ 1 ਕਿਲੋਮੀਟਰ ਹੈ। ਉੱਥੇ ਬੰਦਾ ਰਾਤ ਨੂੰ 2-3 ਵਜੇ ਨਹੀਂ ਖਲੋਤਾ ਹੋਇਆ, ਉਹ ਜਿਹੜੇ ਲਿਖੇ ਹੋਏ ਅੱਖਰ ਨੇ ਨਾ, ਉਹ ਸਾਨੂੰ ਦੱਸ ਰਹੇ ਨੇ ਇੱਥੋਂ 300 ਕਿਲੋਮੀਟਰ ਫਲਾਣਾ ਸ਼ਹਿਰ ਹੈ। ਕਿਸੇ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ। ਜੇ ਉੱਥੇ ਸਾਈਨ ਬੋਰਡ ਨਾ ਆਉਣ, ਫਿਰ ਬੰਦੇ ਨੂੰ ਪੁੱਛਣਾ ਪਵੇਗਾ। ਜਦੋਂ ਬੰਦੇ ਨੂੰ ਪੁੱਛਾਂਗੇ ਨਾ, ਉਹ ਵੀ ਜੋ ਮੂੰਹੋਂ ਬੋਲ ਕੇ ਦੱਸੇਗਾ ਉਹ ਸ਼ਬਦ ਹੋਏਗਾ। ਜਦੋਂ ਮੰਨ ਲਓ ਮੈਂ ਕਿਸੇ ਨੂੰ ਪੁੱਛ ਰਿਹਾ, ਇੱਥੋਂ ਜੈਪੁਰ 1 ਕਿਲੋਮੀਟਰ ਹੈ ਜੀ, ਇੱਥੋਂ ਫਰੀਦਾਬਾਦ 1 ਕਿਲੋਮੀਟਰ ਹੈ ਜੀ, ਸਾਈਨ ਬੋਰਡ ਨਹੀਂ ਲੱਗਾ ਹੋਇਆ, ਉਹ ਕਹਿੰਦਾ ਜੀ ਇੱਥੋਂ 150 ਕਿਲੋਮੀਟਰ ਹੈ, 130 ਕਿਲੋਮੀਟਰ ਹੈ। ਉਹਨੇ ਜੋ ਬੋਲ ਕੇ ਮੂੰਹੋਂ ਦੱਸਿਆ ਹੈ ਨਾ, ਉਹ ਸ਼ਬਦ ਹੈ। ਇਸ ਕਰਕੇ ਦੁਨੀਆਂ ਅੰਦਰ ਸਰੀਰ ਗੁਰੂ ਕਦੀ ਹੁੰਦਾ ਹੀ ਨਹੀਂ। ਜਿਹੜੇ ਆਉਂਦੇ ਨਾ ਦੇਹ ਗੁਰੂ ਹੈ, ਜੇ ਤਾਂ ਦੇਹ ਗੁਰੂ ਹੈ ਉਹਨੂੰ ਕਹੇ ਮੂੰਹੋਂ ਕੁਝ ਨਾ ਬੋਲੀ, ਮੂੰਹੋਂ ਬੋਲ ਕੇ ਉਪਦੇਸ਼ ਕੋਈ ਨਾ ਕਰੀ ਆਪਣੇ ਸੇਵਕਾਂ ਨੂੰ ਪੂਰੇ ਵਰਲਡ ਵਿੱਚ, ਪੂਰੀ ਦੁਨੀਆਂ 'ਚ। ਜੇ ਸਰੀਰ ਗੁਰੂ ਦੀ ਗੱਲ ਕਰਦੇ ਨੇ ਤਾਂ ਫਿਰ ਤਾਂ, ਜੇ ਸਰੀਰ ਗੁਰੂ ਹੈ ਤਾਂ ਫਿਰ ਮੂੰਹੋਂ ਨਾ ਬੋਲੇ, ਬਸ ਸਰੀਰ ਹੀ ਉਹਨਾਂ ਦੀ ਅਗਵਾਈ ਕਰੇ। ਜੇ ਸਰੀਰ ਗੁਰੂ ਹੈ, ਦੇਹ ਗੁਰੂ ਹੈ, ਤਾਂ ਫਿਰ ਤਾਂ ਭਲੇ ਉਹ ਮੂੰਹੋਂ ਬੋਲਣਾ ਨਹੀਂ ਚਾਹੀਦਾ। ਜਦੋਂ ਮੂੰਹੋਂ ਬੋਲ ਕੇ ਦੱਸਦਾ, ਕਈ ਕਹਿੰਦੇ ਆ ਸਾਡੇ ਬਾਬਾ ਜੀ ਮੂੰਹੋਂ ਬੋਲ ਕੇ ਇੱਦਾਂ ਕਹਿੰਦੇ ਨੇ, ਫਿਰ ਸਰੀਰ ਗੁਰੂ ਨਾਲ ਨਾ ਹੋਇਆ। ਮੂੰਹੋਂ ਬੋਲ ਕੇ ਤੁਹਾਨੂੰ ਕੁਝ ਦੱਸਿਆ ਹੈ ਨਾ, ਜੋ ਦੱਸਿਆ ਉਹ ਸ਼ਬਦ ਹੈ। ਅਤੇ ਫਿਰ ਸਤਿਗੁਰੂ ਜੀ ਕਹਿੰਦੇ, ਕਿਉਂ ਵਾਰ ਵਾਰ ਪੁੱਛਦਾ ਹੈ, ਬੰਦੇ ਭਟਕ ਜਾਂਦੇ ਨੇ। ਕਿਉਂ ਵਾਰ ਵਾਰ ਮਨੁੱਖਾਂ ਨੂੰ ਪੁੱਛਦਾ ਹੈ, ਬੰਦੇ ਦੇ ਅੱਜ ਵਿਚਾਰ ਹੋਰ, ਕੱਲ੍ਹ ਨੂੰ ਵਿਚਾਰ ਹੋਰ, ਪਰਸੋਂ ਵਿਚਾਰ ਹੋਰ। ਇੱਕ ਨਿੱਕੀ ਜਿਹੀ ਉਦਾਹਰਨ ਦੇਵਾਂ, ਸੰਸਾਰ ਦੇ ਅੰਦਰ ਜਦੋਂ ਇੱਕ ਰਾਜਾ ਤਖ਼ਤ 'ਤੇ ਬੈਠਦਾ ਹੈ, ਬਾਦਸ਼ਾਹ ਤਖ਼ਤ 'ਤੇ ਬੈਠਦਾ ਹੈ, ਉਹ ਚੜ੍ਹਾਈ ਕਰਦਾ ਹੈ ਅਤੇ ਉਹਦੀ ਜਗ੍ਹਾ ਉਹਦਾ ਪੁੱਤਰ ਜਾਂ ਕੋਈ ਯੋਗ ਵਿਅਕਤੀ ਉਸ ਰਾਜ ਭਾਗ ਨੂੰ ਸਾਂਭਦਾ, ਅਤੇ ਦੁਨੀਆਂ ਦੇ ਲੋਕ ਕਈ ਵਾਰੀ ਕਹਿ ਉੱਠਦੇ ਨੇ, ਸਾਡੇ ਸਾਹਮਣੇ ਪ੍ਰਤੱਖ ਉਦਾਹਰਨਾਂ ਨੇ, ਦੁਨੀਆਂ ਦੇ ਲੋਕ ਕਹਿ ਉੱਠਦੇ ਨੇ, ਜਿੰਨਾ ਬਾਪ ਨੇਕ ਸੀ ਨਾ ਉਹਨਾਂ ਪੁੱਤਰ ਨੇਕ ਨਹੀਂ ਹੈ, ਭਾਵੇਂ ਇਹ ਰਾਜ ਭਾਗਤਾਂ ਚਲਾ ਰਹੇ ਹੈ। ਜਿੱਦਣ ਬਾਬਰ ਦੀ ਜਗ੍ਹਾ ਹਮਾਊਂ ਬੈਠਾ ਸੀ ਨਾ, ਥੋੜ੍ਹਾ ਜਿਹਾ ਲੋਕਾਂ ਨੂੰ ਸ਼ੱਕ ਹੋਇਆ, ਬਾਬਰ ਠੀਕ ਪਾਪੀ ਸੀ ਪਰ ਕੁਝ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬੈਠ ਕੇ ਗੱਲਾਂ ਵੀ ਸੁਣਦਾ ਹੋਏਗਾ। ਹਮਾਊਂ ਦੀ ਬਾਅਦ ਅਕਬਰ ਆਇਆ, ਅਕਬਰ ਕੁਝ ਨੇਕ ਨੀਤੀ ਦਾ ਮਾਲਕ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਤੀ ਪ੍ਰਥਾ ਬੰਦ ਕਰਾਈ, ਕਿਸਾਨਾਂ ਦਾ ਟੈਕਸ, ਹੋਰ ਕੁਝ ਬਹੁਤ ਸਮਾਜ ਸੁਧਾਰਕ ਕੰਮ ਗੁਰੂ ਅਮਰਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਕੀਤੇ। ਅੱਗੇ ਜਹਾਂਗੀਰ ਬੈਠਾ, ਜਦੋਂ ਜਹਾਂਗੀਰ ਦੀ ਗੱਲ ਆਈ, ਜਿਹੜੇ ਨਿਕਟ ਵਰਤੀ ਸਨ ਉਹ ਕਹਿਣ ਲੱਗੇ, ਜਿੰਨਾ ਅਕਬਰ ਵਧੀਆ ਸੀ ਉਹਨਾਂ ਜਹਾਂਗੀਰ ਨਹੀਂ। ਜਹਾਂਗੀਰ ਤੋਂ ਬਾਅਦ ਸ਼ਾਹਜਹਾਨ ਆਉਂਦਾ ਹੈ, ਸ਼ਾਹਜਹਾਨ ਦੇ ਕੋਲ ਰਹਿਣ ਵਾਲੇ ਕਹਿੰਦੇ ਜਿੰਨਾ ਜਹਾਂਗੀਰ ਜ਼ਾਲਮ ਸੀ ਉਹਨਾਂ ਸ਼ਾਹਜਹਾਨ ਜ਼ਾਲਮ ਨਹੀਂ। ਜਦੋਂ ਔਰੰਗਜ਼ੇਬ ਦੀ ਗੱਲ ਆਈ, ਕਹਿਣ ਲੱਗੇ ਇਹਨੇ ਤਾਂ ਸਾਰਿਆਂ ਨੂੰ ਮਾਤ ਪਾ ਦਿੱਤੀ ਹੈ, ਆਪਣਾ ਤਖਤ ਪ੍ਰਾਪਤ ਕਰ ਲਈ, ਭਰਾ ਨਹੀਂ ਬਖਸ਼ੇ, ਪਿਤਾ ਨਹੀਂ ਬਖਸ਼ਿਆ,
ਫਰਕ ਪੈ ਗਿਆ ਨਾ। ਗੱਲ ਆ ਜਾਓ ਹੁਣ ਧਰਮ 'ਤੇ। ਦੁਨੀਆ ਅੰਦਰ ਵੀ ਜਦੋਂ ਇੱਕ ਗੱਦੀਦਾਰ ਦੂਜੇ ਨੂੰ ਗੱਦੀ ਦੇ ਕੇ ਜਾਂਦਾ ਹੈ ਤਾਂ ਅਕਸਰ ਗੱਲ ਚੱਲਦੀ ਹੈ, ਜਿੰਨਾ ਪਹਿਲੇ ਮਹਾਂਪੁਰਖਾਂ ਦਾ ਜੀਵਨ ਸੀ ਨਾ, ਆ ਜਿਹਨਾਂ ਨੇ ਹੁਣ ਗੱਦੀ ਸਾਂਭੀ ਹੈ ਨਾ, ਇਹਨਾਂ ਦਾ ਜੀਵਨ ਉਹਨਾਂ ਵਰਗਾ ਨਹੀਂ, ਉਹ ਬੜੇ ਨੇਕ ਸਨ। ਸੰਸਾਰ 'ਤੇ ਸਾਡੇ ਸਾਹਮਣੇ ਅੱਜ ਪ੍ਰਤੱਖ ਮਿਸਾਲਾਂ ਨੇ। ਪਹਿਲਾਂ ਤਾਂ ਆਪਾਂ ਰਾਜਨੀਤੀ ਦੀ ਗੱਲ ਕੀਤੀ, ਧਰਮ ਵਿੱਚ ਵੇਖ ਲਓ, ਉਹ ਜਿੰਨਾ ਪਹਿਲੀਆਂ ਮਹਾਂਪੁਰਖਾਂ ਦਾ ਜੀਵਨ ਸੀ ਨਾ, ਇਹ ਉਹਨਾਂ ਵਰਗੇ ਨਹੀਂ, ਇਹਨਾਂ ਦਾ ਜੀਵਨ ਉਹਨਾਂ ਵਰਗਾ ਨਹੀਂ। ਪਰ ਕਮਾਲ ਦੀ ਗੱਲ, ਥੋੜ੍ਹਾ ਜਿਹਾ ਹੁਣ ਸੁਰਤ ਖੋਲ੍ਹ ਕੇ ਸੁਣਨਾ, ਕਮਾਲ ਦੀ ਗੱਲ, ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਮਾਣੀ, ਸਤਿਕਾਰਯੋਗ ਭਾਈ ਗੁਰਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੰਗਤ ਮਾਣੀ। ਪਰ ਕਿਸੇ ਗੁਰੂ ਵਿਅਕਤੀ ਦੇ ਕੋਲ ਬਹਿਣ ਵਾਲੇ ਸਿੱਖ ਨੇ ਇਹ ਨਹੀਂ ਕਿਹਾ, ਜਿੱਦਣ ਬਾਬਾ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਬਣੇ, ਜੋ ਜੀਵਨ ਦਾ ਪ੍ਰਭਾਵ ਗੁਰੂ ਨਾਨਕ ਸਾਹਿਬ ਦਾ ਸੀ ਨਾ, ਉਹ ਗੁਰੂ ਅੰਗਦ ਸਾਹਿਬ ਦਾ ਨਹੀਂ। ਕਦੀ ਇਤਿਹਾਸ 'ਚ ਐਸਾ ਲਿਖਿਆ ਮਿਲਦਾ? ਜਦੋਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਨੂੰ ਜ਼ਿੰਮੇਵਾਰੀ ਦਿੰਦੇ ਨੇ, ਕੋਈ ਸਿੱਖ ਕਹੇ ਨਹੀਂ ਜੀ ਜੋ ਜੀਵਨ ਦੀ ਸ਼ੈਲੀ ਗੁਰੂ ਅੰਗਦ ਸਾਹਿਬ ਦੀ ਸੀ ਨਾ, ਉਹ ਗੁਰੂ ਅਮਰਦਾਸ ਦੀ ਨਹੀਂ ਹੈ। 10 ਪਾਤਸ਼ਾਹੀਆਂ ਤੱਕ ਲੜੀਵਾਰ ਕਈ ਕਈ ਸਿੱਖਾਂ ਨੇ, ਸਤਿਕਾਰਯੋਗ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ ਰਹੇ, ਉਹਨਾਂ ਨੇ ਕਿਤੇ ਨਹੀਂ ਕਿਹਾ ਜੋ ਜੀਵਨ ਦੀ ਜੁਗਤੀ ਗੁਰੂ ਅਮਰਦਾਸ ਜੀ ਦੇ ਕੋਲ ਸੀ ਉਹ ਗੁਰੂ ਰਾਮਦਾਸ ਕੋਲ ਨਹੀਂ ਸੀ, ਜੋ ਗੁਰੂ ਰਾਮਦਾਸ ਜੀ ਦੇ ਕੋਲ ਸੀ ਉਹ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਨਹੀਂ ਸੀ। ਕਿਉਂਕਿ ਜੁਗਤੀ ਗਿਆਨ ਹੈ, ਜੁਗਤੀ ਸ਼ਬਦ ਹੈ, ਇਸ ਕਰਕੇ ਤਬਦੀਲੀ ਹੋ ਹੀ ਕੋਈ ਨਹੀਂ ਸਕਦੀ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ, ਸ਼ੱਕ ਤੇ ਤਾਂ ਹੋਵੇ ਨਾ, ਜੇ ਜੁਗਤੀ ਵਿੱਚ ਫਰਕ ਪਿਆ ਹੋਵੇ, ਜੋਤ ਵਿੱਚ ਫਰਕ ਪਿਆ ਹੋਵੇ, ਜੋਤ ਤਾਂ ਉਹੀ ਹੈ, ਵਿਚਾਰ ਤਾਂ ਉਹ ਹੀ ਹੈ। ਇਸ ਕਰਕੇ ਜੇ ਕਿਤੇ ਇਸ ਪਵਿੱਤਰ ਵਿਚਾਰਧਾਰਾ ਨੂੰ ਅਸੀਂ ਸਮਝ ਲਈਏ, ਫਿਰ ਜਿਹੜੀਆਂ ਸੰਸਾਰ 'ਤੇ ਅੱਜ ਗੱਦੀਆਂ ਚੱਲ ਰਹੀਆਂ ਨੇ, ਸੰਸਾਰ 'ਤੇ ਆਗੂਪੁਣੇ ਦੀ ਗੱਲ ਹੋ ਰਹੀ, ਪਤਾ ਲੱਗ ਜਾਏਗਾ ਸੰਸਾਰ 'ਤੇ ਇੱਕ ਦੂਜੇ ਨੂੰ ਕਹਿ ਰਿਹਾ, ਦੂਜਾ ਤੀਜੇ ਨੂੰ ਕਹਿ ਰਿਹਾ, ਜੋ ਉਹਨਾਂ ਦਾ ਪ੍ਰਭਾਵ ਸੀ ਇਹਨਾਂ ਦਾ ਨਹੀਂ। ਇਸ ਕਰਕੇ ਮੇਰੇ ਮਾਲਕ ਨੇ ਸ਼ਬਦ ਗੁਰੂ ਦੀ ਗੱਲ ਕੀਤੀ ਹੈ, ਜਿਸ ਸ਼ਬਦ ਗੁਰੂ ਦੀ ਗੋਦ ਵਿੱਚ ਬੈਠ ਜਾਏਗਾ ਤੈਨੂੰ ਭਗਤੀ ਕਰਨ ਦਾ ਤਰੀਕਾ ਆ ਜਾਏਗਾ। ਅਤੇ ਗੁਰੂ ਗਿਆਨ ਹੈ, ਗੁਰੂ ਵਿਚਾਰ ਹੈ, ਇਸ ਤੋਂ ਬਿਨਾਂ ਤੂੰ ਮਾਲਕ ਦੀ ਇਬਾਦਤ, ਮਾਲਕ ਦੀ ਬੰਦਗੀ ਨਹੀਂ ਕਰ ਸਕਦਾ। ਗਿਆਨੀ ਹੇ ਗਿਆਨਵਾਨ ਮਨੁੱਖ, ਗੁਰਬਿਨ ਭਗਤ ਨਾ ਹੋਈ। ਕਿਵੇਂ ਕਰਨੀ ਹੈ ਭਗਤੀ? ਕੋਰੇ ਰੰਗ ਕਦੇ ਨਾ ਚੜ੍ਹੇ, ਕੋਰੇ ਕੱਪੜੇ 'ਤੇ ਰੰਗ ਨਹੀਂ ਚੜ੍ਹਦਾ, ਜੇ ਲੋਚੈ ਸਭ ਕੋਈ। ਅਤੇ ਤਰੀਕਾ ਦੱਸਿਆ ਕਿਵੇਂ ਕੱਪੜੇ ਨੂੰ ਰੰਗ ਕਿਵੇਂ ਚੜ੍ਹਾਉਣਾ ਹੈ। ਭੈ ਵਿੱਚ ਆਸਾ ਕੀ ਵਾਰ ਸਲੋਕ, ਭੈ ਵਿੱਚ ਖੁੰਭ ਚੜ੍ਹਾਈ ਹੈ, ਕੱਪੜੇ ਨੂੰ ਪਹਿਲਾਂ ਖੁੰਭ ਚਾੜੀ ਦੀ ਹੈ। ਕਹਿੰਦੇ ਮਨ ਰੂਪੀ ਕੱਪੜੇ ਨੂੰ ਖੁੰਭ ਕਾਹਦੀ ਚਾੜਨੀ ਹੈ? ਭੈ ਦੀ। ਤੇਰੇ ਅੰਦਰ ਪਰਮਾਤਮਾ ਦਾ ਨਿਰਮਲ ਭਾਉ ਹੋਵੇ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਨਿਰਮਲ ਭਾਉ ਰੱਖ ਆਪਣੇ ਅੰਦਰ, ਨਿਰਮਲ ਭਾਉ, ਇਹ ਨਿਰਮਲ ਭਾਉ ਖੁੰਭ ਚਾੜਨਾ ਹੈ। ਭੈ ਵਿੱਚ ਖੁੰਭ ਚੜ੍ਹਾਈ ਹੈ ਸ਼ਰਮ ਪਾ, ਇਹ ਰੰਗਣ ਦਾ ਤਰੀਕਾ ਹੈ, ਸ਼ਰਮ ਪਾ, ਦਸਾਂ ਨੌਵਾਂ ਦੀ ਕਿਰਤ ਕਰ, ਮਿਹਨਤ ਮੁਸ਼ਕਤ ਕਰ, ਇਹ ਮਨ ਰੂਪੀ ਕੱਪੜੇ ਨੂੰ ਪਾ ਲਾਉਣੀ ਹੈ, ਸ਼ਰਮ ਪਾ। ਤਨ ਹੋਏ ਨਾਨਕ ਭਗਤੀ ਜੇ ਰੱਪੈ, ਹੇ ਨਾਨਕ ਜੇ ਇੱਦਾਂ ਤੇਰਾ ਮਨ ਭਗਤੀ ਨਾਲ ਰੱਪਿਆ ਗਿਆ, ਰੰਗਿਆ ਗਿਆ, ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ। ਤੇਰੇ ਮਨ ਤੱਕ ਕੂੜ ਦੀ ਸੋਏ, ਸੋਏ ਦਾ ਮੀਨਿੰਗ ਖਬਰ, ਝੂਠ ਦਾ ਮੈਸੇਜ, ਝੂਠ ਦੀ ਖਬਰ ਤੇਰੀ ਪਵਿੱਤਰ ਮਨ ਤੱਕ ਨਹੀਂ ਪਹੁੰਚੇਗੀ ਜੇ ਤੇਰਾ ਮਨ ਇਸ ਤਰੀਕੇ ਨਾਲ ਰੰਗਿਆ ਗਿਆ। ਇਹ ਤਰੀਕਾ ਕੌਣ ਦੱਸੇਗਾ? ਗੁਰੂ, ਗੁਰੂ ਦੀ ਵਿਚਾਰ। ਗੱਲ ਆ ਗਈ, ਗੁਰੂ ਤੋਂ ਬਿਨਾਂ ਮਨ ਰੰਗਿਆ ਨਹੀਂ ਜਾਣਾ। ਅਤੇ ਜੇ ਮਨ ਹੀ ਰੰਗਿਆ ਗਿਆ ਤਾਂ ਜਿਹਨੂੰ ਤੂੰ ਭਗਤੀ ਕਹਿ ਰਿਹਾ ਉਹ ਭਗਤੀ ਨਹੀਂ। ਪਹਿਲਾ ਬੰਦ, ਹਰ ਹਰ ਕਰੈ ਨਿਤ ਕਪਟ ਕਮਾਵੈਂ। ਇਹ ਨਿਤ ਦਿਹਲੀ ਦੀਪਕ ਹੈ ਤੁਹਾਡੇ 'ਚੋਂ ਕਈ ਗੁਰੂ ਪਿਆਰੇ ਬਾਣੀ ਪੜ੍ਹਨ ਵਾਲੇ ਬੈਠੇ ਨੇ, ਜਿਵੇਂ ਪਾਤਾਲਾਂ ਪਾਤਾਲ ਲੱਖ, ਆਗਾਸ਼ਾਂ ਆਗਾਸ਼ ਹੈ ਨਾ, ਉਹਦਾ ਲੱਖ ਹੈ ਨਾ, ਉਹ ਦਿਹਲੀ ਦੀਪਕ ਹੈ। ਸਿੱਖ ਧਰਮ ਦੀ ਵਿਚਾਰ ਨਹੀਂ ਹੈ, ਦੂਜੇ ਧਰਮਾਂ ਦੀ ਵਿਚਾਰ ਨੂੰ ਗੁਰਦੇਵ ਪਿਤਾ ਜੀ ਨੇ ਆਪਣੀ ਬੋਲੀ 'ਚ ਪੇਸ਼ ਕੀਤਾ ਹੈ। ਪਾਤਾਲਾਂ ਪਾਤਾਲ ਲੱਖ, ਲੱਖ ਆਗਾਸ਼ਾਂ ਆਗਾਸ਼, ਲੱਖ ਦੋਵੇਂ ਬੰਨੇ ਆਏਗਾ, ਦਿਹਲੀ ਦੀਪਕ ਹੈ। ਇਸ ਤਰ੍ਹਾਂ ਇੱਥੇ ਨਿੱਤ ਲਫ਼ਜ਼ ਦਿਹਲੀ ਦੀਪਕ ਹੈ, ਹਰ ਹਰ ਕਰੈ ਨਿਤ, ਤੂੰ ਹਰ ਹਰ ਨਿਤ ਕਰਦੈ। ਗੁਰੂ ਨਹੀਂ ਧਾਰਨ ਕੀਤਾ,
ਗੁਰੂ ਕੋਲ ਨਹੀਂ ਆਇਆ, ਹਰ ਹਰ ਕਰਦਾ, ਰਾਮ ਰਾਮ ਕਰਦਾ, ਅੱਲਾ ਅੱਲਾ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਨਿੱਤ ਕਰਦਾ, ਪਰ ਗੁਰੂ ਕੋਲੋਂ ਗਿਆਨ ਨਹੀਂ ਲਿਆ ਜ਼ਿੰਦਗੀ ਜਿਉਣ ਦਾ। ਹਰ ਹਰ ਕਰੈ ਨਿੱਤ, ਨਾਲ ਕਹਿ ਦਿੱਤਾ ਨਿੱਤ ਕਪਟ ਕਮਾਵੈ। ਜੇ ਹਰ ਹਰ ਨਿੱਤ ਕਰਦਾ ਇਹਨਾਂ ਤਾਂ ਕਪਟ ਵੀ ਨਿੱਤ ਹੀ ਕਰਦਾ, ਕਪਟ ਵੀ ਅੰਦਰ ਸੋਚਦਾ ਗਲਤ ਹੈ, ਬੋਲਦਾ ਗਲਤ ਹੈ, ਵੇਖਦਾ ਗਲਤ ਹੈ, ਕਪਟ ਨਹੀਂ ਛੱਡਦਾ ਆਪਣੇ ਜੀਵਨ 'ਚੋਂ। ਹਰ ਹਰ ਕਰੈ ਨਿੱਤ ਕਪਟ ਕਮਾਵੈ, ਇਹਦਾ ਨਤੀਜਾ ਕੀ ਹੋਇਆ? ਹਿਰਦਾ ਸ਼ੁੱਧ ਨਾ ਹੋਈ। ਜਿਹੜੇ ਹਿਰਦੇ 'ਚ ਸੱਚ ਵਸਣਾ ਸੀ, ਜਿਹੜੇ ਹਿਰਦੇ 'ਚ ਅੰਮ੍ਰਿਤ ਵਸਣਾ ਸੀ, ਹੁਣ ਤੁਸੀਂ ਕਿਸੇ ਬਰਤਨ 'ਚ ਵਸਤੂ ਪਾਉਣੀ ਹੋਵੇ, ਬਰਤਨ ਹੀ ਗੰਦਾ ਹੋਵੇ, ਦੁੱਧ ਪਾਉਣਾ ਹੋਵੇ ਆਪਾਂ ਬਰਤਨ 'ਚ, ਬਰਤਨ ਸਾਫ਼ ਕਰਨਾ ਪੈਂਦਾ, ਪ੍ਰਸ਼ਾਦਾ ਛਕਦੇ ਹਾਂ ਅਤੇ ਕੌਲੀਆਂ ਬਰਤਨ ਪਲੇਟਾਂ ਸਾਫ਼ ਕਰਕੇ ਉਹਦੇ ਵਿੱਚ ਭੋਜਨ ਪਾਉਂਦੇ ਹਾਂ ਛਕਣ ਵਾਸਤੇ। ਸਤਿਗੁਰੂ ਜੀ ਕਹਿੰਦੇ ਜਿੱਥੇ ਪਵਿੱਤਰ ਭੋਜਨ ਟਿਕਾਉਣਾ ਹੈ ਉਹ ਤਾਂ ਹਿਰਦਾ ਹੀ ਸ਼ੁੱਧ ਨਹੀਂ ਹੈਗਾ। ਤੂੰ ਹਿਰਦਾ ਸ਼ੁੱਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉੱਪਰੋਂ ਉੱਪਰੋਂ ਹਰ ਹਰ ਕਰੀ ਜਾਂਦਾ, ਉੱਪਰੋਂ ਉੱਪਰੋਂ ਕਰਨਾ ਜ਼ੁਬਾਨੀ ਜ਼ੁਬਾਨੀ। ਸਤਿਗੁਰ ਨੇ ਕਿਹਾ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ ਅਗਮ ਅਗੋਚਰ, ਅਤ ਵੱਡਾ ਅਤੁਲ ਨਾ ਤੁਲਿਆ ਜਾਏ। ਗੁਰ ਕੈ ਸ਼ਬਦ ਮਨ ਬੇਦਿਆ, ਇਨ ਬਿਦ ਵਸਿਆ ਮਨ ਆਏ। ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁੱਖ ਨਾ ਹੋਈ। ਕਹਿੰਦੇ ਹਰ ਹਰ ਨਿੱਤ ਕਰਦਾ ਹੈ, ਅੰਦਰ ਕਪਟ ਹੈ, ਹਿਰਦਾ ਤੇਰਾ ਸ਼ੁੱਧ ਨਹੀਂ, ਬਾਹਰ ਦੇ ਰਾਮ ਰਾਮ ਕੀਤੇ, ਬਾਹਰ ਦੇ ਤੇਰੀ ਜ਼ੁਬਾਨੀ ਕਲਾਮੀ ਕੀਤੇ, ਪਾਠ ਨਾਲ ਹੋ ਕੀ ਰਿਹਾ? ਅਨ ਦਿਨ ਕਰਮ ਕਰੈ ਬਹੁ ਤੇਰੇ, ਦਿਨ ਰਾਤ ਕਰਮ ਬੜੇ ਕਰਦਾ ਹੈ, ਬੜੇ ਚਲੀਏ ਕੱਢਦਾ ਹੈ, ਬੜੇ ਮੌਨ ਵਰਤ ਰੱਖਦਾ ਹੈ, ਚਲੀਸੇ ਬੜੇ ਕਰਦਾ ਹੈ। ਆ ਚਪੋਰੇ ਚਪਹਿਰੇ ਹੋ ਰਹੇ ਨੇ ਸਿੱਖ ਧਰਮ ਦੇ ਵਿੱਚ, ਚਪਹਿਰੇ ਵੀ ਕਰਦਾ ਹੈ, ਜਪ ਤਪ ਵੀ ਕਰਦਾ ਹੈ, ਬਾਹਰੋਂ ਮੌਨ ਵਰਤ ਵੀ ਰੱਖਦਾ ਹੈ, ਮੰਤਰ ਵੀ ਪੜ੍ਹਦਾ ਹੈ, ਪਰ ਗੁਰੂ ਧਾਰਨ ਨਹੀਂ ਕਰਦਾ, ਗੁਰੂ ਕੋਲੋਂ ਮਤ ਲੈ ਕੇ ਤੁਰਨ ਦਾ ਯਤਨ ਨਹੀਂ ਕਰਦਾ। ਇਹਦਾ ਨਤੀਜਾ ਕੀ ਹੋਇਆ? ਅਨ ਦਿਨ ਦਿਨ ਰਾਤ ਕਰਮ ਕਰੈ ਬਹੁ ਤੇਰੇ, ਕਿਹੜੇ ਕਰਮ? ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਇੱਕ ਨਿਮੁਖ ਸਿਮਰਤ ਜਿਤ ਛੂਟੈ। ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁੱਖ ਨਾ ਹੋਈ। ਸੁਪਨਾ ਵੀ ਕਦੀ ਸੁੱਖ ਦਾ ਨਹੀਂ ਆਇਆ। ਹਕੀਕਤ ਵਿੱਚ ਸੁੱਖ ਤਾਂ ਕੀ ਮੰਨਣਾ, ਹਕੀਕਤ ਵਿੱਚ ਤਾਂ ਆਨੰਦ ਕੀ ਆਉਣਾ, ਸੁਪਨਾ ਵੀ ਕਦੀ ਆਨੰਦ ਦਾ ਨਹੀਂ ਆਇਆ। ਜਿਨ੍ਹਾਂ ਨੇ ਜ਼ਬਾਨੀ ਕਲਾਮੀ ਕੇਵਲ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕੀਤਾ, ਗੁਰੂ ਦੀ ਮਤ ਲੈਣ ਦਾ ਯਤਨ ਨਹੀਂ ਕੀਤਾ। ਜਪ ਤਪ, ਜਪ ਬੜੇ ਕੀਤੇ, ਮੰਤਰ ਬੜੇ ਪੜ੍ਹੇ, ਸਾਡੀ ਸਿੱਖ ਕੌਮ 'ਚ ਜਪ ਹੋ ਰਹੇ ਨੇ। ਡਰ ਲੱਗਦਾ ਤਾਂ ਆਹ ਸ਼ਬਦ ਪੜ੍ਹੋ, ਲੜਕਾ ਆਖੇ ਲੱਗਦਾ ਆਹ ਸ਼ਬਦ ਪੜ੍ਹੋ, ਘਰ ਦੇ ਵਿੱਚ ਕਾਰੋਬਾਰ ਸੈੱਟ ਨਹੀਂ ਹੁੰਦਾ ਆਹ ਸ਼ਬਦ ਪੜ੍ਹੋ, ਦੁਕਾਨ ਨਹੀਂ ਚੱਲਦੀ ਆਹ ਸ਼ਬਦ ਪੜ੍ਹੋ, ਬੜਾ ਕੁਝ ਹੋ ਰਿਹਾ। ਕਈ ਤਾਂ ਪੜ੍ਹਦੇ ਨੇ, ਕਈ ਤਾਂ ਇਹ ਤੋਂ ਅੱਗੇ ਲੰਘ ਹੈ, ਕਈ ਤਾਂ ਤਵੀਤ ਬਣਾ ਲੈਂਦੇ ਨੇ ਸਾਡੇ, ਉਹ ਤਵੀਤ ਬਣਾ ਕੇ ਉਹਨੂੰ ਬਾਂਹ ਨਾ ਬੰਨ ਲੈਂਦੇ ਨੇ। ਪੜ੍ਹਨਾ ਤਾਂ ਚਲੋ ਮੰਨਿਆ ਵੀ ਪੜ੍ਹ ਲਓ, ਕਈਆਂ ਨੇ ਇਹ ਤੋਂ ਅੱਗੇ ਦੀ ਗੱਲ ਕੀਤੀ ਹੈ, ਤਾਤੀ ਵਾਵਨ ਲੱਗੀ ਪਾਰ ਬ੍ਰਹਮ ਸ਼ਰਨਾਈ ਨੂੰ ਇਕੱਠਾ ਕਰਕੇ ਤਵੀਤ 'ਚ ਪਾ ਕੇ ਡੌਲੇ ਨਾਲ ਵੱਧਾ ਹੋਇਆ। ਕਈਆਂ ਨੌਜਵਾਨਾਂ ਦੇ ਅਸੀਂ ਖੋਲ੍ਹ ਕੇ ਵੇਖਿਆ, ਕਿੱਥੋਂ ਲਿਆਂਦਾ? ਉਹ ਮਾਤਾ ਜੀ ਫਲਾਣੇ ਮਹਾਂਪੁਰਖਾਂ ਕੋਲ ਗਏ ਸੀ, ਉਹਨਾਂ ਲਿਖ ਕੇ ਤਾਂ ਵੀ ਇਹ ਬਾਂਹ ਨਾਲ ਬੰਨਣ ਦੇ ਨਾਲ ਡਰ ਨਹੀਂ ਲੱਗੇਗਾ। ਪਾਗਾਂ ਵਾਲਿਓ, ਕੋਈ ਮਨੁੱਖ ਬਿਮਾਰ ਹੋਵੇ, ਡਾਕਟਰ ਕੋਲ ਜਾਏ, ਸਿਆਣੇ ਡਾਕਟਰ ਜਿਹੜੇ ਜਿਹਨਾਂ ਪੜ੍ਹਾਈ ਕੀਤੀ ਹੁੰਦੀ ਹੈ, ਉਹ ਦਵਾਈ ਨਹੀਂ ਦਿੰਦੇ, ਪਰਚੀ ਲਿਖ ਕੇ ਦਿੰਦੇ ਨੇ, ਚੈੱਕਅਪ ਦਾ ਪੈਸਾ ਲੈਂਦੇ ਨੇ, 100-200-500 ਫੀਸ, ਉਹ ਕਹਿੰਦੇ ਫਲਾਣੇ ਮੈਡੀਕਲ ਸਟੋਰ 'ਤੇ ਜਾ ਕੇ ਦਵਾਈ ਲੈ ਲਓ। ਹੁਣ ਕੋਈ ਮਨੁੱਖ ਉਹ ਪਰਚੀ ਜਿਹੜੀ ਲਿਖੀ ਹੋਈ ਹੈ ਉਹ ਪਰਚੀ ਨੂੰ ਤਵੀਤ 'ਚ ਪਾ ਕੇ ਬਾਂਹ ਨਾ ਬੰਨ ਕੇ ਤੁਰੇ ਫਿਰਨ, ਅਤੇ ਮਹੀਨੇ ਬਾਅਦ 15 ਦਿਨਾਂ ਬਾਅਦ ਡਾਕਟਰ ਸਾਹਿਬ ਕੋਲ ਜਾਣ, ਡਾਕਟਰ ਸਾਹਿਬ ਮੈਂ ਤਾਂ ਠੀਕ ਹੀ ਨਹੀਂ ਹੋਇਆ, ਉਹ ਕਹੇਗਾ ਦਵਾਈ ਲਈ ਸੀ? ਨਹੀਂ ਜੀ, ਦਵਾਈ ਤਾਂ ਲਈ ਨਹੀਂ, ਪਰਚੀ ਡੌਲੇ ਨਾਲ ਬੰਨ ਕੇ ਤੁਰਿਆ ਫਿਰਦਾ 15 ਦਿਨ ਹੋ ਗਏ ਮੈਨੂੰ, ਕੀ ਠੀਕ ਹੋ ਸਕਦਾ ਕੋਈ ਮਨੁੱਖ?
ਉਹ ਪਰਚੀ ਉੱਤੇ ਲਿਖੀ ਹੋਈ ਦਵਾਈ ਡਾਕਟਰ ਦੇਵੇਗਾ, ਦਵਾਈ ਘਰ ਲਿਆਂਦੀ ਜਾਏਗੀ, ਨੇਮ ਮੁਤਾਬਕ ਕੁਝ ਚੀਜ਼ ਦਾ ਪਰਹੇਜ਼ ਕਰਨਾ ਪਵੇਗਾ, ਦਵਾਈ ਲੈਣੀ ਪਵੇਗੀ, ਤਾਂ ਜਾ ਕੇ ਸਰੀਰ ਦੇ ਵਿੱਚੋਂ ਰੋਗ ਨਿਕਲੇਗਾ। ਪਰ ਅਸੀਂ ਤਾਤੀ ਵਾਵਨ ਲੱਗੀ ਪਾਰਵਨਮ ਸ਼ਰਨਾਈ ਵਾਲਾ ਸ਼ਬਦ ਤਾਂ ਪੜ੍ਹ ਲਿਆ ਪਰ ਪਰਹੇਜ਼ ਤਾਂ ਕੀਤਾ ਕੋਈ ਨਹੀਂ, ਅੱਖਾਂ ਪਰਾ ਰੂਪ ਤੱਕ ਰਹੀਆਂ ਨੇ, ਦੁਕਾਨ 'ਤੇ ਘੱਟ ਤੋਲਿਆ ਜਾ ਰਿਹਾ, ਬੇਈਮਾਨੀ ਕੀਤੀ ਜਾ ਰਹੀ ਹੈ, ਦੂਜੇ ਦਾ ਨੁਕਸਾਨ ਕਰਨ ਨੂੰ ਤਿਆਰ ਹਾਂ। ਡਰ ਤਾਂ ਮੇਰੇ ਆਪਣੇ ਕੰਮਾਂ ਦੇ ਨੇ, ਮੈਨੂੰ ਕਾਹਤੋਂ ਡਰ ਹੈ। ਹੁਣ ਜਦੋਂ ਮਨੁੱਖ ਗੱਡੀ ਲੈ ਕੇ ਜਾ ਰਿਹਾ ਹੋਵੇ, ਸੇਫਟੀ ਬਿਲਟ ਨਾ ਲਾਈ ਹੋਵੇ, ਲਾਇਸੈਂਸ ਨਾ ਹੋਵੇ, ਇੰਸ਼ੋਰੈਂਸ ਨਾ ਹੋਵੇ, ਉਹਨੂੰ ਤਾਂ ਹਰ ਬੰਦਾ ਪੁਲਿਸ ਵਾਲਾ ਨਜ਼ਰ ਆਉਣਾ, ਹਰ ਬੰਦਾ। ਜਿਸ ਬੰਦੇ 'ਚ ਕੋਈ ਗਲਤੀ ਕਦੀ ਵੇਖਣਾ, ਜਦੋਂ ਬੱਚੇ ਇਮਤਿਹਾਨ ਦੇ ਰਹੇ ਹੋਣ, ਜਿਹੜੇ ਵਿਅਕਤੀ ਦੇ ਕੋਲ ਨਕਲ ਮਾਰਨ ਦਾ ਸਮਾਨ ਹੋਏਗਾ ਨਾ, ਕੋਈ ਪਰਚੀ ਹੋਏਗੀ, ਉਹ ਜਦੋਂ ਵਿੱਚ ਆਉਂਦਾ ਹੈ ਨਾ ਪਾਣੀ ਪਿਆਉਣ ਵਾਲਾ, ਪੀਅਨ ਵਿੱਚ ਘੁੰਮ ਰਿਹਾ, ਉਹਦੇ ਖੁਰਾਕ ਦੇ ਨਾਲ ਹੀ ਕਈ ਬੱਚੇ ਲਿਖਣਾ ਬੰਦ ਕਰ ਦਿੰਦੇ ਨੇ, ਵੀ ਕਿਤੇ ਸਟਾਫ ਹੀ ਨਾ ਆ ਗਿਆ ਹੋਵੇ ਚੈਕਿੰਗ ਵਾਲਾ। ਅਤੇ ਜਿਹੜੇ ਬੱਚੇ ਨਕਲ ਨਹੀਂ ਨਾ ਮਾਰ ਰਹੇ ਹੁੰਦੇ, ਉਹ ਆਪਣੀ ਮਸਤੀ 'ਤੇ ਲਿਖੀ ਜਾ ਰਹੇ ਹੁੰਦੇ ਨੇ, ਭਾਵੇਂ ਉੱਤੇ ਚੈਕਿੰਗ ਵਾਲਾ ਸਟਾਫ ਹੀ ਸਿਰ 'ਤੇ ਆਣ ਖਲੋਤਾ ਹੋਵੇ, ਧਿਆਨ ਹੀ ਨਹੀਂ ਹੈਗਾ, ਡਰ ਕਾਹਦਾ। ਅਤੇ ਜਿਸ ਬੰਦੇ ਦੇ ਕੋਲ ਕੋਈ ਚੀਜ਼ ਗਲਤ ਹੁੰਦੀ ਹੈ ਨਾ, ਅੱਜ ਤੋਂ ਆ ਪੁਲਿਸ ਨਾਕਿਆਂ ਦੇ ਉੱਤੇ ਬੰਦੇ ਫੜੇ ਜਾਂਦੇ ਨੇ, ਕਿਵੇਂ ਫੜੇ ਜਾਂਦੇ ਨੇ, ਜਿਨ੍ਹਾਂ ਕੋਲ 2 ਨੰਬਰ ਦਾ ਮਾਲ ਹੁੰਦਾ ਹੈ ਨਾ, ਉਹਨਾਂ ਦੇ ਚਿਹਰੇ ਦਾ ਹਾਵ ਭਾਵ ਦੱਸਦਾ ਹੈ, ਅੰਦਾਜ਼ਾ ਲਾ ਲੈਂਦੇ ਵੀ ਉਹਨੂੰ ਲੈਣ ਤੋਂ ਪਾਸੇ ਕਰਨ ਦੇ ਵੀ ਇੱਧਰ ਆ ਜਾ, ਇਸ ਬੰਦੇ ਦੇ ਕੋਲ ਗਲਤ ਚੀਜ਼ ਹੈ, ਇਹਦੇ ਚਿਹਰੇ ਦੇ ਹਾਵ ਭਾਵ, ਅੱਖਾਂ ਡਰ ਜਾਂਦੀਆਂ ਨੇ, ਇਹਦਾ ਚਿਹਰਾ ਡਰਿਆ ਹੋਇਆ, ਅਤੇ ਜਿਹਦੇ ਕੋਲ ਹੈ ਹੀ ਕੁਝ ਨਹੀਂ, ਉਹ ਆਪਣੀ ਮਸਤੀ 'ਚ ਲੰਘਦਾ ਜਾ ਰਿਹਾ। ਮਨੁੱਖ ਡਰਦਾ ਕਿਉਂ ਹੈ? ਕੋਈ ਅੰਦਰ ਐਬ ਹੈ, ਸੋ ਡਰੈ ਜੇ ਪਾਪ ਕਮਾਉਂਦਾ। ਧਰਮੀ ਵਿਕਸੇਤ ਸਾਹਿਬਜ਼ਾ ਦੇ ਨੀਹਾਂ 'ਚ ਖਲੋਤੇ ਨੇ, ਨਹੀਂ ਡਰੇ, ਨੀਹਾਂ 'ਚ ਖਿਲਾਰਨ ਵਾਲੇ ਡਰੇ ਹੋਏ ਨੇ। ਉਸ ਰਾਤ ਵਜ਼ੀਰ ਖਾਂ ਸੁੱਤਾ ਨਹੀਂ, ਜਿਸ ਰਾਤ ਸਾਹਿਬਜ਼ਾਦੇ ਨੀਹਾਂ ਚਿਣੇ ਗਏ ਨੇ, ਇਤਿਹਾਸ ਦੇ ਪੰਨਿਆਂ 'ਤੇ ਗੂੜੇ ਅੱਖਰਾਂ 'ਚ ਲਿਖਿਆ ਹੋਇਆ ਹੈ, ਉਸ ਰਾਤ ਸੂਬਾ ਸਰਹੰਦ ਨੂੰ ਮੰਜੇ 'ਤੇ ਨੀਂਦ ਨਹੀਂ ਆਈ, ਉਹ ਆਰਾਮ ਨਹੀਂ ਕਰ ਸਕਿਆ। ਕਿਉਂ? ਪਾਪ ਕਰ ਬੈਠਾ ਹੈ, ਇੱਕ ਧਰਮ ਦੀਆਂ ਮੂਰਤਾਂ ਨੂੰ ਨੀਹਾਂ ਚਿਣ ਬੈਠਾ ਹੈ। ਸਾਹਿਬਜ਼ਾਦੇ ਨਹੀਂ ਡਰੇ, ਅੱਖਾਂ 'ਚ ਖੌਫ ਤੱਕ ਨਹੀਂ ਹੈ ਸਾਹਿਬਜ਼ਾਦਿਆਂ ਦੇ, ਕਿਉਂ? ਧਰਮੀ ਨੇ। ਪਾਪੀ ਡਰਦਾ ਹੈ, ਸੋ ਡਰੈ ਜੇ ਪਾਪ ਕਮਾਵਦਾ। ਸਾਨੂੰ ਡਰ ਕਰਦਾ ਲੱਗ ਰਿਹਾ ਹੈ ਸਾਡੇ ਐਬਾਂ ਦਾ, ਗੁਰਦੇਵ ਜੀ ਕਹਿੰਦੇ ਐਬ ਤਿਆਗ ਦੇ, ਤੈਨੂੰ ਡਰ ਹੀ ਕੋਈ ਨਹੀਂ, ਜਿਹੜੇ ਐਬ ਤੈਨੂੰ ਡਰਾਉਂਦੇ ਨੇ ਐਬ ਤਿਆਗ ਦੇ। ਅਤੇ ਅਸੀਂ ਸ਼ਬਦ ਪੜ੍ਹੀ ਜਾਂਦੇ, ਐਬ ਤਿਆਗ ਦੇ ਕੋਈ ਨਹੀਂ। ਜਪ ਮੂੰਹ ਨਾ ਪੜਨ ਵਾਲਾ ਮੰਤਰ, ਸਤਿਗੁਰੂ ਜੀ ਕਹਿੰਦੇ ਤਪ ਧੂਣੀਆਂ ਤਾਉਣੀਆਂ, ਸਰੀਰ ਨੂੰ ਕਸ਼ਟ ਦੇਣਾ। ਜਪ ਤਪ ਸੰਜਮ ਸਾਧਨ ਕਈ ਪ੍ਰਕਾਰ ਦੇ ਅਪਣਾਉਣੇ, ਸਰੀਰ ਨੂੰ ਕਸ਼ਟ ਦੇ ਕੇ ਰੱਬ ਪਾਉਣ ਦੀ ਕੋਸ਼ਿਸ਼ ਕਰਨੀ। ਜਪ ਤਪ ਸੰਜਮ ਵਰਤ ਕਰੈ ਪੂਜਾ, ਵਰਤ ਵੀ ਰੱਖੇ, ਪੂਜਾ ਵੀ ਕੀਤੀ, ਸੰਜਮ ਵੀ ਕੀਤੇ, ਜਪ ਵੀ ਕੀਤੇ, ਤਪ ਵੀ ਕੀਤੇ, ਪਰ ਗੁਰਦੇਵ ਨੇ ਕਹਿ ਦਿੱਤਾ ਮਨ ਮੁਖ ਰੋਗ ਨਾ ਜਾਈ। ਇਹ ਸਭ ਕੁਝ ਕੀਤਿਆ ਮਨਮੁੱਖ ਬੰਦਿਆ, ਤੇਰਾ ਰੋਗ ਤਾਂ ਦੂਰ ਹੋਇਆ ਕੋਈ ਨਹੀਂ, ਬਿਮਾਰ ਤਾਂ ਤੂੰ ਫਿਰ ਹੈ, ਰੋਗ ਤਾਂ ਤੇਰੇ ਅੰਦਰੋਂ ਨਿਕਲਿਆ ਕੋਈ ਨਹੀਂ। ਮਨਮੁੱਖ ਰੋਗ ਨਾ ਜਾਈ, ਰੋਗ ਕਾਹਦਾ ਮਹਾਰਾਜ? ਰੋਗ ਬਾਰੇ ਦੱਸ ਦਿਓ। ਕਹਿਣ ਲੱਗੇ ਅੰਤਰ ਰੋਗ, ਰੋਗ ਤਾਂ ਅੰਦਰ ਸੀ, ਕਸ਼ਟ ਤਾਂ ਸਰੀਰ ਨੂੰ ਦੇ ਰਿਹਾ ਤੂੰ। ਅੰਤਰ ਰੋਗ ਮਹਾਂ ਅਭਿਮਾਨਾ, ਰੋਗ ਤਾਂ ਅਭਿਮਾਨ ਦਾ ਸੀ, ਰੋਗ ਤਾਂ ਹੰਕਾਰ ਦਾ ਸੀ, ਉਹ ਹੋਰ ਵੱਧ ਗਿਆ। ਸਗੋਂ ਤੂੰ ਭਲਿਆ ਉਹਦਾ ਇਲਾਜ ਕਰਨ ਦੀ ਬਜਾਏ ਉਹਨੂੰ ਹੋਰ ਪਾਣੀ ਪਾ ਦਿੱਤਾ, ਜਪ ਕਰਕੇ ਤਪ ਕਰਕੇ ਚਲੀਏ ਕੱਟ ਕੇ ਹੌਮੇ ਸਿਖਰ 'ਤੇ ਪਹੁੰਚ ਗਈ। ਤੂੰ ਆਖਿਆ ਜਿਹਨੇ ਨਹੀਂ ਕੀਤਾ ਉਹ ਬੰਦਾ ਹੀ ਹੈ ਨਹੀਂ, ਮੈਂ ਹੀ ਸਭ ਤੋਂ ਚੰਗਾ ਇਨਸਾਨ ਹਾਂ। ਕਦੀ ਵੇਖਣਾ ਤੁਸੀਂ ਤੀਰਥ ਇਸ਼ਨਾਨ ਕਰਨ ਵਾਲੇ ਮਨੁੱਖ ਦੇ ਕੋਲ ਕਦੀ ਬਹਿ ਕੇ ਵੇਖਣਾ, ਉਹ ਤੁਹਾਨੂੰ ਇੰਝ ਮਹਿਸੂਸ ਕਰਾਏਗਾ ਤੁਹਾਡੇ 'ਤੇ ਪੱਲੇ ਕੁਝ ਨਹੀਂ, ਮੈਂ ਤਾਂ 68 ਤੀਰਥਾਂ ਦਾ ਇਸ਼ਨਾਨ ਕਰ ਆਇਆ, ਤੂੰ ਇੱਕਦਮ ਨਹੀਂ ਕੀਤਾ ਅਜੇ ਤੱਕ। ਕਦੀ ਵੇਖਣਾ 5 ਤਖਤਾਂ ਦੀ ਯਾਤਰਾ ਕਰਨ ਵਾਲੇ ਦੇ ਕਦੀ ਕੋਲ ਬਹਿ ਕੇ ਵੇਖਣਾ, ਅੱਛਾ ਅਜੇ 1 ਤਖਤ ਦੇ ਦਰਸ਼ਨ ਵੀ ਨਹੀਂ ਕੀਤੇ, ਮੈਂ ਤਾਂ 5 ਹੀ ਵੇਖ ਆਇਆ। ਅੱਛਾ ਕੀ ਮਿਲਿਆ ਉੱਥੋਂ? ਝੂਠ ਛੱਡ ਦਿੱਤਾ, ਰਜਿਸਟਰ 'ਤੇ ਦੁਕਾਨ 'ਤੇ ਹੋਰ ਰੱਖਿਆ, ਜਿਹੜਾ ਕੋਰਟ ਕਚਹਿਰੀ 'ਚ ਪੇਸ਼ ਕਰਨਾ ਵਿਜੀਲੈਂਸ ਵਾਲਿਆਂ ਸਾਹਮਣੇ ਰੱਖਣਾ ਹੋਰ ਰੱਖਿਆ, ਵੱਟੇ ਤੇਰੇ ਚੈੱਕ ਹੁੰਦੇ ਨੇ ਉਹਨਾਂ ਵਿੱਚ ਵੀ ਘੱਟ ਵੱਧ ਤੋਲਿਆ ਜਾਂਦਾ ਹੈ। ਬੇਈਮਾਨੀ ਕਿਰ 5 ਤਖਤਾਂ ਦੀ ਯਾਤਰਾ ਕਰਨ ਤੋਂ ਬਾਅਦ ਰਿਸ਼ਵਤ ਲੈਣੀ ਛੱਡ ਦਿੱਤੀ, ਇਮਾਨਦਾਰੀ ਜੀਵਨ 'ਚ ਆ ਗਈ? ਨਹੀਂ, ਇਹ ਤਾਂ ਇਲਾਜ ਹੋਇਆ ਕੋਈ ਨਹੀਂ, ਹਉਮੈ ਵੱਧ ਗਈ। ਤੀਰਥ ਵਰਤ ਅਰਦਾਨ ਕਰ,
ਗੁਰੂ ਤੇਗ ਬਹਾਦਰ ਮਹਾਰਾਜ, ਮਨ ਮੈਂ ਧਰੈ ਗੁਮਾਨ ਨਾਨਕ ਨੇ ਫੁੱਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਰੀਝਾਂ ਨਾਲ ਨਹਾਉਂਦਾ, ਬਾਅਦ ਵਿੱਚ ਆਪੇ ਆਪਣੀ ਲਬੇੜ ਲੈਂਦਾ। ਕਹਿੰਦੇ ਤੂੰ ਜਪ ਤਪ ਸੰਜਮ ਵਰਤ ਪੂਜਾ ਕੀਤੀ ਪਰ ਰੋਗ 'ਤੇ ਗਿਆ ਕੋਈ ਨਹੀਂ। ਰੋਗ ਕਾਹਦਾ ਸੀ? ਅੰਤਰ ਰੋਗ ਮਹਾ ਅਭਿਮਾਨਾ, ਦੂਜੇ ਭਾਏ ਖੁਆਈ, ਦੂਜੇ ਭਾਅ ਵਿੱਚ ਖੁਆਰ ਹੋ ਗਿਆ ਸੱਚ ਨੂੰ ਛੱਡ ਕੇ। ਗੁਰੂ ਵਾਲਾ ਰਾਖਵਾਂ ਪ੍ਰੇਮ, ਜਿਹੜਾ ਗੁਰੂ ਦਾ ਭਰੋਸਾ ਸੀ ਨਾ, ਗੁਰੂ ਵਾਲਾ ਸਿਦਕ, ਉਹ ਕਿਸੇ ਹੋਰ 'ਤੇ ਡੁਲਾ ਬੈਠਾ। ਗੁਰੂ ਤੋਂ ਆਉਣ ਤੋਂ ਪਹਿਲਾਂ ਪਤਾ ਨਹੀਂ ਕਿੱਥੇ ਆਪਣਾ ਸਿਰ ਝੁਕਾ ਕੇ ਆਉਂਦਾ ਹੈ। ਜਿਹੜਾ ਸਿਰ ਗੁਰੂ ਦਾ ਰਾਖਵਾਂ ਸਿਰ ਹੈ ਨਾ, ਭਰੋਸਾ, ਪ੍ਰੇਮ, ਸਿਦਕ, ਵਿਸ਼ਵਾਸ, ਉਹ ਪਤਾ ਨਹੀਂ ਕਿੱਥੇ ਕਿੱਥੇ ਡੋਲ ਕੇ ਫਿਰ ਗੁਰੂ ਕੋਲ ਆਉਂਦਾ ਹੈ। ਦੂਜੇ ਪਾਏ ਖਵਾਈ, ਬਾਹਰ ਭੇਖ ਬਹੁਤ ਚਤੁਰਾਈ, ਬਾਹਰੋਂ ਭੇਖ ਬਣਾਏ ਵੀ ਚਲੋ ਨਹੀਂ ਬੰਦਗੀ ਕੀਤੀ, ਨਹੀਂ ਗੁਰੂ ਵਾਲਾ ਬਣਿਆ ਅਤੇ ਬਾਹਰੋਂ ਭੇਖ ਬਣਾ ਲੈਂਦੇ ਹਾਂ। ਹੁਣ ਜਦੋਂ ਆਪਾਂ ਕਿਸੇ 'ਤੇ ਡੁੱਲਦੇ ਹਾਂ, ਰੀਝਦੇ ਹਾਂ ਤਾਂ ਕਿਵੇਂ ਰੀਝਦੇ ਹਾਂ? ਭੇਖ 'ਤੇ ਬਾਣਾ ਬੜਾ ਵਧੀਆ ਪਾਇਆ ਹੋਵੇ, ਤੁਹਾਡੇ ਲਾਗਿਓਂ ਕੋਈ ਚੰਗਾ ਇਨਸਾਨ, ਧਰਮੀ ਇਨਸਾਨ ਪੈਂਟ ਕਮੀਜ਼ ਪਾ ਕੇ ਲੰਘ ਜਾਏ, ਤੁਹਾਡਾ ਧਿਆਨ ਨਹੀਂ ਪੈਣਾ। ਬਾਣੀ ਪੜ੍ਹਦਾ ਹੋਵੇ, ਗੁਰਬਾਣੀ ਅਨੁਸਾਰ ਉਹਦਾ ਜੀਵਨ ਹੋਵੇ, ਜ਼ਿੰਦਗੀ 'ਚ ਕਦੀ ਮਾੜਾ ਕੰਮ ਨਾ ਕੀਤਾ ਹੋਵੇ, ਵਰਦੀ ਉਹਦੀ ਹੋਵੇ, ਪੈਂਟ ਕਮੀਜ਼, ਪੈਂਟ ਕੋਟ ਪਾ ਕੇ ਲਾਗਿਓਂ ਦੀ ਲੰਘ ਜਾਏ, ਤੁਹਾਡਾ ਧਿਆਨ ਹੀ ਨਹੀਂ ਪੈਣਾ। ਬਾਣੀ ਨਾ ਪੜ੍ਹਦਾ ਹੋਵੇ, ਗੁਰੂ 'ਤੇ ਭਰੋਸਾ ਨਾ ਹੋਵੇ, ਕਿਰਦਾਰ ਦਾ ਨੀਵਾਂ ਹੋਵੇ, ਵਸਤਰ ਚਿੱਟੇ ਪਾਏ ਹੋਣ, ਗੋਲ ਪਰਨਾ ਬੱਧਾ ਹੋਵੇ, ਗੋਡਿਆਂ ਤੱਕ ਚੋਲਾ ਹੋਵੇ, ਹੱਥ 2-3 ਸਿਮਰਨੇ ਪਾਏ ਹੋਣ, ਅਤੇ ਵਧੋ ਵਧੀ ਸਿਰ ਝੁਕਾਈ ਜਾਣਾ ਸੀ। ਕਿਹੜੀ ਚੀਜ਼ ਨੇ ਸਾਨੂੰ ਮਜਬੂਰ ਕੀਤਾ? ਪਹਿਰਾਵਾ, ਪਹਿਰਾਵਾ ਖਿੱਚ ਪਾ ਗਿਆ ਸਾਨੂੰ। ਅਸੀਂ ਕਿਹਾ ਵਾਹ ਵਾਹ, ਮਹਾਂਪੁਰਖ ਜਾ ਰਹੇ ਨੇ, ਧਰਮੀ ਇਨਸਾਨ ਜਾ ਰਹੇ ਨੇ, ਖਿੱਚ ਪਾ ਗਿਆ ਨਾ। ਮੈਂ ਤਾਂ ਕਈ ਵਾਰੀ ਬੰਗਲਾ ਸਾਹਿਬ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਤੁਸੀਂ ਜਿਹੜੇ ਮਹਾਂਪੁਰਖ ਨੂੰ ਮਹਾਂਪੁਰਖ ਕਹਿੰਦੇ ਉਹਨਾਂ ਨੂੰ ਕਿਹਾ ਤੂੰ ਪੈਂਟ ਕਮੀਜ਼ ਪਾ ਕੇ ਤੁਸੀਂ ਬਾਜ਼ਾਰ ਵਿੱਚੋਂ ਦੀ ਲੰਘਾ ਦਿਓ, ਚੇਲਿਆਂ ਨੇ ਨਹੀਂ ਪਛਾਣਨਾ ਉਹਨੂੰ। ਜੇ ਤਾਂ ਉਹਦਾ ਸਰੀਰ ਮਹਾਂਪੁਰਖ ਹੈ, ਉਹਦੀ ਸੁਰਤ ਮਹਾਂਪੁਰਖ ਹੈ, ਫਿਰ ਤਾਂ ਪੈਂਟ ਕਮੀਜ਼ ਪਾ ਕੇ ਤੁਹਾਡੇ ਲਾਗਿਓਂ ਦੀ ਲੰਘੇ, ਤੁਹਾਡਾ ਫਰਜ਼ ਬਣਦਾ ਸੀ ਉਹਨੂੰ ਜਾ ਕੇ ਸਿਰ ਝੁਕਾਓ, ਉਹਦਾ ਸਤਿਕਾਰ ਕਰੋ। ਪਰ ਨਹੀਂ, ਪਛਾਣ ਹੀ ਨਹੀਂ ਸਕੇ, ਪਤਾ ਨਹੀਂ ਲੱਗਾ। ਪਰ ਜਦੋਂ ਦੂਰੋਂ ਚਿੱਟੇ ਲਿਸ਼ਕਵੇਂ ਬਾਟੇ, ਪਹਿਰਾਵਾ ਖਿੱਚ ਪਾਉਂਦਾ ਹੈ ਨਾ ਦੂਰੋਂ ਹੀ, ਵੀ ਨਹੀਂ ਨਹੀਂ ਇਹੋ ਹੀ ਆ ਸਾਰੇ ਧਰਮੀ ਇਨਸਾਨ। ਅਤੇ ਇਹਨੂੰ ਸਤਿਗੁਰ ਨੇ ਬਾਣੀ 'ਚ ਆਖਿਆ, ਬੱਗਾ ਬੱਗੇ ਕੱਪੜੇ ਤੀਰਥ ਮੰਜ ਮਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਬੱਗੇ ਨਾ ਕਹੀਆਂ। ਹੁਣ ਗੁਰਦੇਵ ਪਿਤਾ ਜੀ ਇਹੋ ਕਹਿੰਦੇ ਨੇ, ਬਾਹਰ ਭੇਖ ਬਹੁਤ ਚਤੁਰਾਈ, ਆਪਣੀ ਚਤੁਰਾਈ ਨਾਲ, ਚਲਾਕੀ ਨਾਲ ਭੇਖ ਬਣਾ ਲਿਆ ਵੀ ਚਲੋ ਨਹੀਂ ਗੱਲ ਬਣਦੀ। ਅਤੇ ਇੱਦਾਂ ਹੀ ਸਹੀ, ਭੇਖ ਬਣਾ ਲਿਆ ਵੀ ਆਪੇ ਪਬਲਿਕ ਨੇ ਪਿੱਛੇ ਆਣ ਕੇ ਲੱਗ ਜਾਣਾ ਹੈ। ਬਾਹਰ ਭੇਖ ਬਹੁਤ ਚਤੁਰਾਈ, ਮਨ ਦੀ ਹਾਲਤ ਵੇਖੋ ਕੀ ਹੈ, ਸਤਿਗੁਰ ਜੀ ਕੀ ਕਹਿ ਰਹੇ ਨੇ, ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦਹਿ ਦਿਸ਼ ਧਾਵੈ। ਜਿਹੜੇ ਮਨ ਨੇ ਗੁਰੂ ਦਾ ਸਿੱਖ ਬਣਨਾ ਸੀ ਉਹ ਤਾਂ ਧਾਰਿਆ, ਅਤੇ ਅਸੀਂ ਭੇਖ ਵੇਖ ਕੇ ਕਹਿੰਦੇ ਸਾਡਾ ਮਨ ਨਹੀਂ ਟਿਕਦਾ ਜੀ, ਅਤੇ ਜਿਹਦੇ ਕੋਲ ਗਏ ਜੀ ਉਹਦਾ ਟਿਕਿਆ ਹੋਇਆ, ਉਹਦਾ ਤਾਂ ਆਪਣਾ ਪਰੇਸ਼ਾਨ ਆ ਵੀ ਉਹਦਾ ਡੇਰਾ ਵੱਡਾ, ਉਹਦੇ ਚੇਲੇ ਜ਼ਿਆਦੇ, ਉਹ ਤਾਂ ਆਪ ਪਰੇਸ਼ਾਨ ਹੈ। ਪਰ ਅਸੀਂ ਕਹਿ ਰਹੇ ਹਾਂ ਸਾਡਾ ਮਨ ਨਹੀਂ ਜੀ ਟਿਕਦਾ। ਸਤਿਗੁਰੂ ਜੀ ਕਹਿੰਦੇ ਨੇ, ਇੱਕ ਸਤਿਗੁਰ ਦੀ ਬਾਣੀ ਹੈ, ਬਾਹਰ ਭੇਖ ਬਹੁਤ ਚਤੁਰਾਈ, ਬਾਹਰ ਦੀਆਂ ਚਲਾਕੀਆਂ ਨਾਲ ਭੇਖ ਬਣਾ ਲੈ। ਹੁਣ ਕੋਈ ਮਨੁੱਖ ਟ੍ਰੈਫਿਕ ਪੁਲਿਸ ਵਾਲਿਆਂ ਦੀ ਵਰਦੀ ਪਾ ਕੇ ਚੌਂਕ 'ਚ ਖਲੋ ਜਾਏ, ਅਸੀਂ ਤਾਂ ਉਹਨੂੰ ਵੇਖ ਕੇ ਡਰਦੇ ਹਾਂ, ਗੱਡੀ ਰੋਕ ਹੀ ਲੈਣੀ ਹੈ ਨਾ, ਪਰ ਉਹਨੂੰ ਪਤਾ ਹੀ ਨਾ ਹੋਵੇ। ਤੁਸੀਂ ਆਪਣਾ ਬੈਂਕ ਦੀ ਕਾਪੀ ਵਿਖਾ ਕੇ ਕਹਿ ਦਿਓ ਜੀ ਇਹ ਮੇਰਾ ਲਾਇਸੈਂਸ ਆ, ਉਹਨੂੰ ਪਤਾ ਹੀ ਨਾ ਹੋਵੇ ਲਾਇਸੈਂਸ ਚੈੱਕ ਕਰਨ ਦਾ, ਉਹਨੂੰ ਪਤਾ ਹੀ ਨਾ ਹੋਵੇ ਚਲਾਣ ਕੱਟਣ ਦੇ ਕਾਇਦਾ ਕਾਨੂੰਨ ਕੀ ਹੁੰਦੇ ਨੇ, ਤੁਸੀਂ ਤਾਂ ਵਰਦੀ ਵੇਖ ਕੇ ਪ੍ਰਭਾਵਿਤ ਹੋਏ ਨਾ। ਵਰਦੀ ਵੇਖ ਕੇ ਤੁਸੀਂ ਆ, ਬੜੀ ਵਾਰੀ ਟ੍ਰੇਨਾਂ 'ਚ ਨਕਲੀ ਟੀਟੀ ਫੜੇ ਜਾਂਦੇ ਨੇ, ਕਾਲਾ ਕੋਟ ਪਾ ਕੇ ਵੇਚ ਚੜ੍ਹ ਜਾਣਾ, ਥੋੜ੍ਹੇ ਬਹੁਤੇ ਪੈਸੇ ਬਣਾ ਕੇ ਉੱਤਰ ਜਾਣਾ, ਅਗਲੇ ਸਟੇਸ਼ਨ 'ਤੇ ਕਈ ਵਾਰੀ ਫੜ ਲੈਂਦੇ ਨੇ, ਬੜੀਆਂ ਥਾਵਾਂ 'ਤੇ ਨਕਲੀ SHO ਫੜੇ ਗਏ, ਵਰਦੀ ਪਾ ਕੇ ਸਟਾਰ ਲਾ ਲੈਣਾ, ਬਾਅਦ ਵਿੱਚੋਂ ਆਪਣੇ ਕੋਲੋਂ ਕੋਈ ਗਲਤੀ ਕਰ ਬਹਿਣੀ, ਵਿੱਚ ਪੜ੍ਹੇ ਲਿਖੇ ਇਨਸਾਨ ਜਿਹੜੇ ਫਸਾ ਲੈਂਦੇ ਆ, ਇਹ ਨਕਲੀ ਬੰਦਾ ਜਾਪਦਾ। ਬਹੁਤ ਥਾਵਾਂ 'ਤੇ SDO ਨਕਲੀ ਫੜੇ ਗਏ, ਜਿਹੜੇ ਛਾਪੇ ਮਾਰ ਕੇ ਬੜੇ ਬੜੇ ਪੈਸੇ ਕਮਾ ਲਏ, ਪਾਗਾਂ ਵਾਲਿਓ, ਕਿਉਂਕਿ ਉਹਨਾਂ ਨੂੰ ਪਤਾ ਹੈ ਨਾ, ਉਹਨਾਂ ਨੂੰ ਪਤਾ ਹੈ ਨਾ, ਕਾਲਾ ਕੋਟ ਵੇਖ ਕੇ ਰੀਝ ਜਾਣਾ ਹੈ ਵੀ ਇਹੋ ਹੀ TT ਹੋਣਾ ਹੈ, ਪਰ
ਪਰ ਉਹਨਾਂ 'ਚੋਂ ਕੋਈ ਪੜ੍ਹਿਆ ਲਿਖਿਆ ਵੀ ਹੋ ਸਕਦਾ ਨਾ, ਜਿਹੜਾ ਕਾਇਦਾ ਕਾਨੂੰਨ ਜਾਣਦਾ ਹੋਵੇ, ਜਿਸ ਨੂੰ ਇਸ ਗੱਲ ਦੀ ਸਮਝ ਹੋਵੇ। ਜੇ ਦੂਜਿਆਂ ਧੰਦਿਆਂ 'ਚ ਇੱਦਾਂ ਹੋ ਰਿਹਾ, ਧਰਮ 'ਚ ਵੀ ਇੱਦਾਂ ਹੋ ਰਿਹਾ, ਉਹਨਾਂ ਨੂੰ ਪਤਾ ਇਹਨਾਂ ਨੇ ਨਾ ਸਾਡੀ ਬਾਣੀ ਵੇਖਣੀ, ਨਾ ਸਾਡੀ ਸੁਰਤ ਟਿੱਕੀ ਵੇਖਣੀ, ਨਾ ਸਾਡਾ ਉੱਚਾ ਜੀਵਨ ਵੇਖਣਾ, ਕੇਵਲ ਅਤੇ ਕੇਵਲ ਸਾਡਾ ਬਾਣਾ ਵੇਖਣਾ, ਪਹਿਰਾਵਾ ਵੇਖਣਾ। ਪਹਿਰਾਵੇ ਤੋਂ ਇਹਨਾਂ ਨੇ ਸਾਡੇ ਚਰਨਾਂ ਦੇ ਉੱਤੇ ਆਣ ਕੇ ਮੱਥੇ ਟੇਕਣ ਲੱਗ ਪੈਣਾ। ਗੁਰੂ ਰਾਮਦਾਸ ਪਿਤਾ ਜੀ ਕਹਿੰਦੇ, ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦਹਿ ਦਿਸ਼ ਧਾਵੈ। ਅਗਲਾ ਬਚਨ ਬੜਾ ਪਿਆਰਾ ਹੈ, ਹਉਮੈ ਵਿਆਪਿਆ ਸ਼ਬਦ ਨਾ ਚੀਨੈ। ਹਉਮੈ 'ਚ ਫਸਿਆ ਹੋਇਆ ਸ਼ਬਦ ਨਹੀਂ ਚੀਨਦਾ, ਸਤਿਗੁਰ ਦੀ ਬਾਣੀ ਵਾਲੇ ਬੰਨੇ ਕੋਈ ਧਿਆਨ ਨਹੀਂ। ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਕੀ ਹੋਇਆ ਫਿਰ? ਫਿਰ ਫਿਰ ਜੂਨੀ ਆਵੈ, ਵਾਰ ਵਾਰ ਜੂਨਾਂ 'ਚ ਪੈਂਦਾ, ਕਦੀ ਹਉਮੈ 'ਚ ਮਰਦਾ ਹੈ, ਕਦੀ ਲੋਭ 'ਚ ਮਰਦਾ ਹੈ, ਕਦੀ ਪਰਾਇਆ ਧਨ ਵੇਖ ਕੇ ਮਰਦਾ, ਆਵਾਗਾਉਣੇ ਦਾ ਮੁੱਕਦਾ ਹੀ ਨਹੀਂ। ਫਿਰ ਫਿਰ ਜੂਨੀ ਆਵੈ, ਹੱਲ ਕੀ ਦੱਸਿਆ ਮਹਾਰਾਜ ਨੇ? ਇਹਦਾ ਹੱਲ ਵੀ ਦੱਸਿਆ ਨਾ ਮਹਾਰਾਜ ਨੇ, ਨਾਨਕ ਨਦਰ ਕਰੇ ਸੋ ਬੂਝੈ। ਹੇ ਨਾਨਕ, ਜੇ ਕੋਈ ਮਨੁੱਖ ਮਾਲਕ ਅਕਾਲ ਪੁਰਖ ਦੀ ਨਦਰ ਦਾ ਪਾਤਰ ਬਣ ਜਾਏ, ਤਾਂ ਨਦਰ ਦਾ ਪਾਤਰ ਬਣੇਗਾ ਕੌਣ? ਜਿਹੜਾ ਸਤਿਗੁਰ ਦੀ ਗੱਲ ਮੰਨੇਗਾ, ਜਿਹੜਾ ਸਤਿਗੁਰ ਦੇ ਕੋਲੋਂ ਗੁਰ ਲਵੇਗਾ। ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ। ਉਹ ਜਨ ਉਸ ਮਾਲਕ ਦੇ ਨਾਮ ਨੂੰ ਧਿਆਏਗਾ, ਧਿਆਉਣ ਦਾ ਅਰਥ ਜੀਵਨ 'ਚ ਵਸਾਏਗਾ, ਸੱਚ ਪੱਲੇ ਬੰਨ ਲਵੇਗਾ, ਅਤੇ ਕੀ ਹੋਏਗਾ? ਗੁਰ ਪ੍ਰਸਾਦੀ ਏਕੋ ਜਾਣੈ, ਗੁਰੂ ਦੀ ਕਿਰਪਾ ਨਾਲ ਇੱਕ ਨਾਲ ਜਾਣ ਪਛਾਣ ਹੋ ਜਾਏਗੀ, ਇੱਕ ਦੇ ਨਾਲ। ਏਕ ਸਮਾਹੇ ਸਮਾਏ, ਇੱਕ ਵਿੱਚ ਸਮਾ ਜਾਏਗਾ, ਇੱਕ ਵਿੱਚ ਲੀਨ ਹੋ ਜਾਏਗਾ, ਅਤੇ ਸਾਡਾ ਜੀਵਨ ਹੀ ਇੱਕ ਵਿੱਚ ਲੀਨ ਹੋਣ ਲਈ ਹੈ। ਪਰਮਾਤਮਾ ਇੱਕ ਹੈ, ਅਕਾਲ ਪੁਰਖ ਇੱਕ ਹੈ, ਅਸੀਂ ਨਾ ਵੰਡੀਆਂ ਪਾਈਏ, ਇੱਕ ਵਿੱਚ ਲੀਨ ਹੋਣ ਲਈ ਪਹਿਰਾਵੇ ਦੀ ਨਹੀਂ, ਭੇਖ ਦੀ ਨਹੀਂ, ਅੰਦਰ ਦੇ ਜੀਵਨ ਦੀ ਖੇਡ ਹੈ। ਅੰਦਰੋਂ ਵੈਰ ਵਿਰੋਧ ਈਰਖਾ ਦਵੈਖ ਭਾਵਨਾ ਨਿਕਲ ਗਈ, ਜੀਵਨ ਸੋਹਣਾ ਬਣ ਜਾਏਗਾ, ਅਤੇ ਇਹ ਸਾਨੂੰ ਨੁਕਤਾ ਮਿਲਣਾ ਗੁਰੂ ਕੋਲੋਂ। ਆਓ ਭਾਗਾਂ ਵਾਲਿਓ, ਸ਼ਬਦ ਦੇ ਰਹਾਉ ਵਾਲੇ ਬੰਦ ਨੂੰ ਇੱਕ ਵਾਰੀ ਦਾਸ ਗਾਏਗਾ ਆਪ ਜੀ ਨੇ, ਪਿੱਛੇ ਪਿੱਛੇ ਪੜ੍ਹਨਾ ਹੈ, ਤਾਂ ਕਿ ਸ਼ਬਦ ਦਾ ਨਿਚੋੜ ਸਾਡੀ ਜ਼ਿੰਦਗੀ ਦਾ ਰਹੱਸ ਬਣ ਜਾਏ, ਸਾਡੀ ਜ਼ਿੰਦਗੀ ਦਾ ਖੇੜਾ ਬਣ ਜਾਏ। ਗੁਰ ਬਿਨ ਭਗਤ ਨਾ ਹੋਈ ਗਿਆਨੀ, ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ ਗਿਆਨੀ, ਗੁਰ ਬਿਨ ਭਗਤ ਨਾ ਹੋਈ। ਸਾਰੇ ਹਾਜ਼ਰੀ ਲਵਾਓ ਜੀ, ਗੁਰ ਬਿਨ ਭਗਤ ਨਾ ਹੋਈ ਗਿਆਨੀ, ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ ਗਿਆਨੀ। ਕੋਰੇ ਰੰਗ ਕਦੇ ਨਾ ਚੜ੍ਹੈ, 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 ਜੇ ਲੋਚੈ ਸਭ ਕੋਈ ਗਿਆਨੀ, ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ ਗਿਆਨੀ, ਗੁਰ ਬਿਨ ਭਗਤ ਨਾ ਹੋਈ। ਗੁਰੂ ਜੀ ਬਖਸ਼ਿਸ਼ ਕਰਨ, ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਈਏ, ਜ਼ਿੰਦਗੀ ਦੀਆਂ ਤਮਾਮ ਬੁਰਾਈਆਂ ਜੀਵਨ 'ਚੋਂ ਨਿਕਲ ਜਾਣਗੀਆਂ, ਅਤੇ ਫਿਰ ਤਹਿ ਬੈਕੁੰਠ ਜਾਂ ਕੀਰਤਨ ਤੇਰਾ ਵਾਲੀ ਪਰਿਭਾਸ਼ਾ ਸਾਡੇ ਜੀਵਨ ਦੀ ਬਣ ਜਾਏਗੀ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਭੁੱਲਾਂ ਮੇਰੀਆਂ, ਬਚਨ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣਾ। ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।